ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਗੁਰਮੁਖ ਪਿਆਰੀ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਚਵਰ ਛਤਰ ਤਖਤਾਂ ਦੇ ਮਾਲਕ ਸਰਵ ਧਰਮਾਂ ਦੇ ਸਾਂਝੇ ਰਹਿਬਰ ਸਮੁੱਚੀ ਮਨੁੱਖਤਾ ਦੇ ਗਿਆਨ ਦਾਤਾ ਗੁਰਤਾ ਗੱਦੀ ਤੇ ਵਿਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅਤੇ ਸਤਿਪੁਰਸ਼ਾਂ ਦੀ ਤਪ ਭੂਮੀ ਤਪੋਬਨ ਢੱਕੀ ਸਾਹਿਬ ਵਿਖੇ ਮਾਹਵਾਰੀ ਮੱਸਿਆ ਦੇ ਦੀਵਾਨ ਤੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਵਾਸਤੇ ਪਹੁੰਚੇ ਹੋ ਆਪ ਜੀ ਵਡਭਾਗੇ ਹੋ। ਇਹ ਪਾਵਨ ਪਵਿੱਤਰ ਅਸਥਾਨ, ਇਹ ਸਟੇਜ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿ ਸਾਨੂੰ ਇਸ ਦਰਬਾਰ ਦੇ ਵਿੱਚ ਪਹੁੰਚਣ ਦਾ ਸੁਭਾਗ ਮਿਲਿਆ ਹੈ। ਸੰਸਾਰ ਦੇ ਉੱਤੇ ਰੂਹਾਂ ਬੜੀਆਂ ਆਉਂਦੀਆਂ ਨੇ, ਆ ਕੇ ਚਲੀਆਂ ਜਾਂਦੀਆਂ ਨੇ, ਪਰ ਜਿਸ ਦਰ ਤੇ ਆਪਾਂ ਪਹੁੰਚੇ ਹਾਂ, ਜਿਸ ਮਹਾਂਪੁਰਖਾਂ ਦੀ ਜਿਨ੍ਹਾਂ ਦੀ ਪਾਵਨ ਪਵਿੱਤਰ ਤਪ ਭੂਮੀ ਤੇ ਆਪਾਂ ਪਹੁੰਚੇ ਹਾਂ, ਉਹਨਾਂ ਦੀ ਬਾਬਤ ਬਾਣੀ ਕਹਿੰਦੀ ਹੈ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕੇ ਸੰਗ ਚਿਤ ਆਵੈ ਨਾਓ, ਕੇ ਸੰਗ ਚਿਤ ਆਵੈ ਨਾਓ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕਹੋ ਸਦਾ ਨਮਸਕਾਰ। ਜਿਨ੍ਹਾਂ ਦੇ ਕੋਲ ਆ ਕੇ, ਜਿਸ ਇਨਸਾਨ ਨੇ ਕਦੇ ਰੱਬ ਦਾ ਨਾਂ ਵੀ ਨਹੀਂ ਲਿਆ ਹੁੰਦਾ, ਉਹਨੂੰ ਵੀ ਪ੍ਰਮਾਤਮਾ ਦਾ ਸਿਮਰਨ ਚੱਲ ਪੈਂਦਾ ਹੈ। ਐਸੀ ਸੰਤ ਮਹਾਰਾਜ ਜੀ ਦੀ ਮਹਾਨ ਕਮਾਈ ਹੈ, ਸੰਤ ਕੈ ਸਾਧੂਆਂ ਦੇ ਨਾਲ ਮਹਾਰਾਜ ਕਹਿੰਦੇ ਜਨ ਕੈ ਸੰਗ ਚਿਤ ਆਵੈ ਨਾਉ। ਗੁਰੂ ਦੇ ਪਿਆਰੇ ਮਹਾਂਪੁਰਸ਼ਾਂ ਦੇ ਚਰਨਾਂ ਦੇ ਕੋਲ ਆ ਕੇ, ਉਹਨਾਂ ਦੀ ਸੰਗਤ ਵਿੱਚ ਆ ਕੇ ਸਹਿਜੇ ਹੀ ਸਿਮਰਨ ਚੱਲ ਪੈਂਦਾ ਹੈ। ਜਦੋਂ ਇਸ ਪਾਵਨ ਪਵਿੱਤਰ ਧਰਤੀ ਤੇ ਆਪਾਂ ਐਂਟਰ ਹੁੰਦੇ ਹਾਂ, ਹਰ ਇੱਕ ਦੇ ਹਿਰਦੇ ਦੇ ਵਿੱਚੋਂ ਵਾਹਿਗੁਰੂ ਸ਼ਬਦ ਨਿਕਲਦਾ ਹੈ। ਧੰਨ ਹੈ ਕਮਾਈ ਮਹਾਂਪੁਰਸ਼ਾਂ ਦੀ, ਬਾਣੀ ਕਹਿੰਦੀ ਹੈ ਸਾਧ ਕੀ ਮਹਿਮਾ ਵੇਦ ਨਾ ਜਾਣੈ। ਮੈਂ ਜ਼ਿਕਰ ਕਰਾਂ ਜੋ ਵਿਸ਼ਵ ਸ਼ਾਂਤੀ ਦਿਵਸ ਇਸ ਪਾਵਨ ਸਥਾਨ ਤੇ ਮਨਾਇਆ ਜਾਂਦਾ ਹੈ, ਜੋ 2023 ਦਾ ਸਮਾਗਮ ਸੀ, ਦਾਸ ਨੇ ਬਾਹਰ ਜਾਣਾ ਸੀ ਕੈਨੇਡਾ, ਤੇ ਮਨ ਵਿੱਚ ਪੁਰਨਾ ਆਇਆ ਕਿ ਬਾਬਾ ਜੀ ਤੋਂ ਆਸ਼ੀਰਵਾਦ ਲੈ ਕੇ ਜਾਣਾ, ਕਿਉਂਕਿ ਸੱਚਮੁੱਚ ਦਾਸ ਦੀ ਕੋਈ ਕਮਾਈ ਨਹੀਂ ਹੈ, ਕੋਈ ਪੜ੍ਹਾਈ ਨਹੀਂ ਹੈ, ਜੋ ਕਿਰਪਾ ਇਹ ਬਾਬਾ ਜੀ ਦੀ ਕਿਰਪਾ ਹੈ। ਬੜਾ ਹੀ ਸਧਾਰਨ ਜਿਹਾ ਜੀਵਨ ਸੀ ਦਾਸ ਦਾ, ਕਿਰਤ ਬਿਰਤ ਕਰਨ ਵਾਲਾ, ਤੇ ਕਦੇ ਬੰਦਗੀ ਨਹੀਂ ਸੀ, ਕਦੇ ਸਿਮਰਨ ਨਹੀਂ ਸੀ, ਕਦੇ ਨਿਤਨੇਮ ਨਹੀਂ ਸੀ, ਪਰ ਇਹ ਸਭ ਬਾਬਾ ਜੀ ਦੀ ਸੰਗਤ ਦੀ ਕਿਰਪਾ ਹੈ, ਉਹਨਾਂ ਦਾ ਪ੍ਰਤਾਪ ਹੈ ਕਿ ਵਿਦੇਸ਼ਾਂ ਦੀ ਧਰਤੀ ਤੇ ਜਾਣ ਦਾ ਵੀ ਸਮਾਂ ਮਿਲਦਾ, ਉੱਥੇ ਪ੍ਰਚਾਰ ਕਰਨ ਦਾ ਸਮਾਂ ਮਿਲਦਾ ਹੈ। ਮਨ ਵਿੱਚ ਪੁਰਨਾ ਆਇਆ ਕਿ ਬਾਬਾ ਜੀ ਤੋਂ ਆਸ਼ੀਰਵਾਦ ਲੈ ਕੇ ਆਉਣਾ। ਥੋੜੇ ਜਿਹੇ ਦਿਨ ਰਹਿ ਗਏ ਸੀ ਜਾਣ ਵਿੱਚ, ਤੇ ਬਾਬਾ ਜੀ ਦੇ ਕੋਲੋਂ ਆਸ਼ੀਰਵਾਦ ਲੈਣ ਵਾਸਤੇ ਆਉਣਾ ਕਿ ਉਹਨਾਂ ਦਿਨਾਂ ਦੇ ਵਿੱਚ ਦਾਸ ਦੇ ਪਿਤਾ ਜੀ ਬਹੁਤ ਬਿਮਾਰ ਹੋ ਗਏ,
ਲੁਧਿਆਣੇ ਗਲੋਬਲ ਹਸਪੀਟਲ ਦੇ ਵਿੱਚ ਦਾਖਲ ਵੈਂਟੀਲੇਟਰ ਤੇ ਪਹੁੰਚ ਗਏ ਤੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਵੀ ਕੋਈ ਰਿਸਪੌਂਸ ਨਹੀਂ ਆ ਰਿਹਾ, ਤੁਸੀਂ ਘਰ ਲੈ ਜਾਵੋ, ਵੀ ਹੋ ਸਕਦਾ ਘਰ ਜਾਂਦਿਆਂ ਹੀ ਇਹ ਮ੍ਰਿਤਯੂ ਨੂੰ ਪ੍ਰਾਪਤ ਹੋ ਜਾਣ। ਅਸੀਂ ਭਾਈਆਂ ਨੇ ਵਿਚਾਰ ਕੀਤੀ, ਵਿਚਾਰ ਕਰਕੇ ਡਾਕਟਰ ਦੀ ਸਲਾਹ ਦੇ ਨਾਲ ਅਸੀਂ ਪਿਤਾ ਜੀ ਨੂੰ ਘਰ ਲੈ ਆਏ ਤੇ ਸਵੇਰ ਨੂੰ ਸਮਾਗਮ ਚੱਲਦਾ ਸੀ, ਦਾਸ ਆਇਆ ਤੇ ਕੁਝ ਸਮਾਂ ਹਾਜ਼ਰੀ ਭਰਨ ਦਾ ਮਿਲਿਆ। ਮਨ ਵਿੱਚ ਪੁਰਨਾ ਕਿ ਬਾਬਾ ਜੀ ਤੋਂ ਆਸ਼ੀਰਵਾਦ ਲੈ ਕੇ ਜਾਣਾ, ਬਾਬਾ ਜੀ ਅਜੇ ਸਟੇਜ ਤੇ ਆਏ ਨਹੀਂ ਸੀ। ਬੇਨਤੀ ਕੀਤੀ ਸਿੰਘਾਂ ਨੂੰ, ਬਾਬਾ ਜੀ ਨੇ ਤਰਸ ਖਾਧਾ, ਦਾਸ ਨੂੰ ਦਰਸ਼ਨ ਬਖਸ਼ਿਸ਼ ਕੀਤੇ ਤੇ ਬਾਬਾ ਜੀ ਨੂੰ ਬੇਨਤੀ ਕੀਤੀ ਮਹਾਰਾਜ ਮੈਂ ਜਾਣਾ ਹੈ। ਬਾਬਾ ਜੀ ਕਹਿੰਦੇ ਭਾਈ ਜਾਓ। ਮੈਂ ਕਿਹਾ ਮਹਾਰਾਜ ਜੀ ਬੁਕਿੰਗ ਨਹੀਂ ਹੈ ਕਿਸੇ ਸਟੇਜ ਦੇ ਉੱਤੇ। ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ, ਮਹਾਰਾਜ ਕਿਰਪਾ ਕਰਨਗੇ। ਦਾਸ ਅਜੇ ਘਰੇ ਗਿਆ ਹੀ ਸੀ, ਸ਼ਾਮ ਨੂੰ ਗੁਰਦੁਆਰਾ ਸਾਹਿਬ ਤੋਂ ਕੈਲਗਰੀ ਤੋਂ ਫੋਨ ਆ ਗਿਆ ਕਿ ਤੁਹਾਡਾ ਮਹੀਨਾ ਬੁੱਕ ਕਰ ਦਿੱਤਾ ਗਿਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਬਾਬਾ ਜੀ ਨੂੰ ਦੱਸਿਆ ਕਿ ਮਹਾਰਾਜ ਪਿਤਾ ਜੀ ਬਿਮਾਰ ਨੇ, ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ ਕਿ ਸ਼ਾਇਦ ਹਾਜ਼ਰੀ ਕਿੱਦਾਂ ਭਰਾਂਗੇ। ਘਰੇ ਤਾਂ ਡਾਕਟਰਾਂ ਨੇ ਕਹਿ ਦਿੱਤਾ ਕਿ ਪਿਤਾ ਜੀ ਅੱਜ ਸ਼ਾਇਦ ਬਚਣਗੇ ਕਿ ਨਹੀਂ ਬਚਣਗੇ, ਘਰ ਦੇ ਵਿੱਚ ਜੇ ਭਾਣਾ ਵਾਪਰ ਗਿਆ ਫਿਰ ਸਮਾਗਮ ਵਿੱਚ ਕਿਵੇਂ ਆ ਜਾਵਾਂਗੇ। ਪਰ ਫਿਰ ਸੋਚਦੇ ਹਾਂ ਕਿ ਬਾਬਾ ਜੀ ਦੇ ਵਚਨ ਕੋਈ ਅਨੰਥਾ ਨਹੀਂ ਜਾਂਦੇ। ਬਾਬਾ ਜੀ ਜੇ ਕਹਿ ਰਹੇ ਨੇ ਵੀ ਹਾਜ਼ਰੀ ਭਰ ਜਾਇਓ, ਕੋਈ ਰਾਜ ਹੈ ਮਹਾਂਪੁਰਸ਼ਾਂ ਦਾ। ਬੇਨਤੀ ਕੀਤੀ, ਮਹਾਰਾਜ ਜੀ ਪਿਤਾ ਜੀ ਬਿਮਾਰ ਨੇ, ਡਾਕਟਰਾਂ ਨੇ ਜਵਾਬ ਦੇ ਦਿੱਤਾ ਸ਼ਾਇਦ ਅੱਜ ਘੜੀ ਬਚਣਗੇ ਜਾਂ ਨਹੀਂ ਬਚਣਗੇ। ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ, ਪ੍ਰਸ਼ਾਦ ਲੈ ਕੇ ਜਾਇਓ। ਬਾਬਾ ਜੀ ਅੰਦਰ ਗਏ ਤੇ ਬਾਬਾ ਜੀ ਨੇ ਪ੍ਰਸ਼ਾਦ ਲਿਆ ਕੇ ਦਿੱਤਾ। ਸਾਧ ਸੰਗ ਸੱਚ ਜਾਣਿਓ, ਘਰ ਜਾ ਕੇ ਜਦੋਂ ਉਹ ਪ੍ਰਸ਼ਾਦ ਦਾਸ ਦੇ ਪਿਤਾ ਜੀ ਨੂੰ ਦਿੱਤਾ ਤੇ ਰਾਤ ਸੁੱਖ ਦੀ ਬੀਤ ਗਈ, ਅਗਲਾ ਦਿਨ ਵੀ ਬੀਤ ਗਿਆ। ਤੇ ਫਿਰ ਮਨ ਵਿੱਚ ਸੋਚਿਆ ਵੀ ਹਾਜ਼ਰੀ ਭਰਨ ਵਾਸਤੇ ਬਾਬਾ ਜੀ ਨੇ ਹੁਕਮ ਕੀਤਾ, ਹੁਣ ਫਰਜ਼ ਬਣਦਾ ਹੈ, ਬਾਬਾ ਜੀ ਦਾ ਵਚਨ ਮੰਨੀਏ। ਫਿਰ ਮੈਂ ਆਇਆ, ਹਾਜ਼ਰੀ ਭਰ ਕੇ ਗਿਆ 14 ਮਈ ਨੂੰ। ਬਾਬਾ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਸਰਪਾਉ ਬਖਸ਼ਿਸ਼ ਕੀਤਾ ਤੇ ਸਾਧ ਸੰਗਤ ਮੈਂ 6-5 ਮਹੀਨੇ ਕੈਨੇਡਾ ਦੀ ਧਰਤੀ ਤੇ ਲਾ ਕੇ ਆ ਗਿਆ ਤੇ ਪਿਤਾ ਜੀ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਅੱਜ ਵੀ ਕਿਰਪਾ ਮਹਾਂਪੁਰਖਾਂ ਦੀ ਉਹ ਤੰਦਰੁਸਤ ਨੇ। ਤੇ ਸਾਧ ਸੰਗਤ ਮਹਾਂਪੁਰਖ ਕਿਸ ਰੰਗ ਦੇ ਵਿੱਚ ਵਰਤਦੇ ਨੇ, ਕਿਵੇਂ ਬਖਸ਼ਿਸ਼ਾਂ ਕਰਦੇ ਨੇ, ਫਿਰ ਆਪਣੇ ਆਪ ਨੂੰ ਜਣਾਉਂਦੇ ਵੀ ਨਹੀਂ। ਇੱਕ ਆਮ ਇਨਸਾਨ ਚਾਹੁੰਦਾ ਕਿ ਮੈਂ ਮਹਾਂਪੁਰਖਾਂ ਦੀ ਕਮਾਈ, ਮਹਾਂਪੁਰਖਾਂ ਦੇ ਜੀਵਨ ਬਾਰੇ ਜਾਣ ਲਵਾਂ ਵੀ ਇਹ ਕੀ ਕਰਦੇ ਨੇ, ਕੀ ਕਮਾਉਂਦੇ ਨੇ। ਪਰ ਪਿਆਰਿਓ, ਬਾਣੀ ਦੱਸਦੀ ਹੈ, ਮਹਿਮਾ ਸੰਤਾਂ ਦੀ ਵੇਦਨਾ ਜਾਣਦੇ ਬੰਦਾ ਫਿਰਦਾ ਭੇਦ ਪਾਉਣ ਨੂੰ, ਸੰਤਾਂ ਦੀ ਵੇਦਨਾ ਜਾਣਦੇ ਬੰਦਾ ਫਿਰਦਾ ਭੇਦ ਪਾਉਣ
ਸਮਾਪਤੀ ਕਰ ਦੇਣੀ ਹੈ ਕਿਉਂਕਿ ਸਮਾਂ ਬਹੁਤ ਕੀਮਤੀ ਹੈ। ਮਹਾਂਪੁਰਖ ਵੀ ਆਏ ਹੋਏ ਨੇ, ਬਾਬਾ ਜੀ ਦਾ ਵੀ ਸਮਾਂ ਆਉਣ ਵਾਲਾ। ਸਾਧਕੀ ਮਹਿਮਾ ਵੇਦ ਨਾ ਜਾਣੇ, ਬਾਣੀ ਕਹਿੰਦੀ ਹੈ। ਬਾਬਾ ਜੀ ਦੱਸਿਆ ਕਰਦੇ ਨੇ ਕਿ ਵੇਦ ਕਿਉਂ ਨਹੀਂ ਜਾਣਦੇ। ਵੇਦ ਤਿੰਨਾਂ ਗੁਣਾਂ ਦੇ ਵਿੱਚ ਰਜੇ ਹੋਏ ਨੇ ਤੇ ਰੱਬ ਦੇ ਪਿਆਰੇ ਸਾਧੂ ਸੰਤ ਪੁਰਸ਼ ਉਹ ਚੌਥੇ ਪਦ ਵਿੱਚ ਸਥਿਤ ਹੁੰਦੇ ਨੇ, ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਨੇ। ਉਹਨਾਂ ਦੀ ਮਹਿਮਾ ਵੇਦ ਨਹੀਂ ਜਾਣਦੇ। ਇੱਕ ਇਨਸਾਨ ਅਲਪਾਗ ਇਨਸਾਨ ਕੀ ਜਾਣ ਸਕਦਾ ਹੈ? ਮਹਾਂਪੁਰਖਾਂ ਦੀ ਕਮਾਈ, ਉਹਨਾਂ ਦੇ ਕੌਤਕ। ਦਾਸ ਬਾਬਾ ਜੀ ਨੂੰ ਬੇਨਤੀ ਕੀਤੀ, ਮਹਾਰਾਜ ਕੋਈ ਮਹੀਨੇ ਦੀ ਬੁਕਿੰਗ ਨਹੀਂ ਹੈ, ਉੱਥੇ ਜਾਣਾ। ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ, ਮਹਾਰਾਜ ਕਿਰਪਾ ਕਰਨਗੇ। ਸੋ ਕਿਰਪਾ ਹੋਈ, ਬਾਬਾ ਜੀ ਦੀ ਕਿਰਪਾ ਦੇ ਨਾਲ ਉਸੇ ਰਾਤ ਫੋਨ ਆ ਗਿਆ ਕੈਲਗਿਰੀ ਤੋਂ। ਇੱਕ ਮਹੀਨੇ ਵਾਸਤੇ ਬੁਕਿੰਗ ਹੋਈ ਸੀ ਤੇ ਬਾਬਾ ਜੀ ਦੀ ਇੰਨੀ ਕਿਰਪਾ, ਤਿੰਨ ਮਹੀਨੇ ਲਵਾਏ ਉੱਥੇ ਸੰਗਤ ਨੇ। ਕੈਲਗਿਰੀ ਦੀ ਵੱਡੀ ਸਟੇਜ ਹੈ, ਉੱਥੇ ਇੱਕ ਇੱਕ ਮਹੀਨਾ ਮਿਲਦਾ ਕਥਾਵਾਚਕ ਨੂੰ, ਤੇ ਦਾਸ ਦੇ ਤਿੰਨ ਮਹੀਨੇ ਲਾਏ। ਤੇ ਉੱਥੇ ਮੇਰੇ ਨਾਲ ਦੋ ਤਿੰਨ ਹੋਰ ਕਥਾਵਾਚਕ ਆਏ ਜਿਹੜੇ ਵੱਡੀਆਂ ਸਟੇਜਾਂ ਦੇ ਸ਼ਿੰਗਾਰ ਨੇ, ਮੰਜੀ ਸਾਹਿਬ ਤੋਂ, ਬਗਲਾ ਸਾਹਿਬ ਤੋਂ, ਜਿਨ੍ਹਾਂ ਦੀਆਂ ਕਥਾਵਾਂ ਆਉਂਦੀਆਂ ਰਹਿੰਦੀਆਂ ਨੇ। ਤੇ ਉੱਥੇ ਦੇ ਕਈ ਲਾਇਬ੍ਰੇਰੀ ਦੇ ਵਿੱਚ ਬੁੱਧੀਜੀਵੀ ਬੈਠਦੇ ਸੀ, ਉਹਨਾਂ ਨੇ ਕੋਈ ਨਾ ਕੋਈ ਉਹਨਾਂ ਦੀ ਜੋ ਵਿਚਾਰ ਕਰਦੇ, ਉਹਨਾਂ ਦੇ ਵਿੱਚ ਕੋਈ ਕਿੰਤੂ ਪਰੰਤੂ ਕੋਈ ਨੁਕਸ ਲੱਭਣਾ। ਤੇ ਦਾਸ ਨੂੰ ਜਦੋਂ ਕਥਾ ਕਰਕੇ ਆਉਣਾ ਬੁੱਕਲ ਦੇ ਵਿੱਚ ਲੈ ਕੇ, ਪਿਆਰ ਕਰਨਾ ਵੀ ਬਹੁਤ ਵਧੀਆ ਕਥਾ ਕਰਦੇ। ਤੇ ਉਹਨਾਂ ਦੇ ਦੋ ਤਿੰਨ ਮੈਨੂੰ ਨੁਕਤੇ ਉਹਨਾਂ ਨੇ ਦੱਸੇ ਵੀ ਇਹਨਾਂ ਨੇ ਆਹ ਗਲਤ ਬੋਲਿਆ ਹੈ, ਆਹ ਗਲਤ ਬੋਲਿਆ। ਇੱਕ ਦਿਨ ਮੈਂ ਫੋਨ ਤੇ ਮੈਂ ਘਰਦਿਆਂ ਨਾਲ ਵਿਚਾਰ ਕਰ ਰਿਹਾ ਸੀ ਵੀ ਇੱਥੇ ਵੱਡੇ ਵੱਡੇ ਵਿਦਵਾਨ ਪੁਰਸ਼ ਆਉਂਦੇ ਨੇ, ਉਹਨਾਂ ਦੇ ਵਿੱਚ ਸੰਗਤਾਂ ਨੁਕਸ ਕੱਢ ਦਿੰਦੀਆਂ ਨੇ ਵੀ ਇਹ ਗਲਤ ਬੋਲੇ ਨੇ, ਵੀ ਮੈਂ ਤਾਂ ਕੋਈ ਵਿਦਿਆ ਵੀ ਨਹੀਂ ਪੜ੍ਹੀ, ਕੋਈ ਮੇਰੀ ਕਮਾਈ ਨਹੀਂ, ਵੀ ਮੈਨੂੰ ਬੜਾ ਪਿਆਰ ਮਿਲ ਰਿਹਾ ਹੈ, ਇਹ ਕਿਉਂ ਹੈ? ਤੇ ਸਾਡੇ ਘਰਦਿਆਂ ਨੇ ਵਚਨ ਕੀਤਾ, ਮੇਰਾ ਰੋਣ ਨਿਕਲ ਗਿਆ। ਕਹਿੰਦੇ ਸਾਡੇ ਕੋਲ ਬਾਬਾ ਜੀ ਦੀ ਕਿਰਪਾ, ਆਖੋ ਸਤਨਾਮ, ਸਾਡੇ ਕੋਲ ਬਾਬਾ ਜੀ ਦੀ ਕਿਰਪਾ, ਇਸ ਕਰਕੇ ਪਿਆਰ ਮਿਲਦਾ। ਸੋ ਜਿਨ੍ਹਾਂ ਤੇ ਮਹਾਂਪੁਰਖਾਂ ਦਾ ਹੱਥ ਹੋ ਜਾਵੇ, ਸਤਪੁਰਸ਼ਾਂ ਦਾ ਹੱਥ ਸੀਸ ਤੇ ਰੱਖਿਆ ਜਾਵੇ, ਉਹਨਾਂ ਦੀ ਕਿਰਪਾ ਹੋ ਜਾਵੇ, ਉਹਨਾਂ ਦੀ ਹਰ ਜਗ੍ਹਾ ਹੀ ਜੈ ਜੈਕਾਰ ਹੁੰਦੀ ਹੈ। ਵਾਰ ਵਾਰ ਨਮਸਕਾਰ ਹੈ ਸੰਤ ਜੀ ਮਹਾਰਾਜ ਜੀ ਨੂੰ, ਰਿਸ਼ੀ ਜੀ ਨੂੰ, ਜਿਨ੍ਹਾਂ ਦੀ ਕਿਰਪਾ ਸਾਨੂੰ ਮਿਲ ਰਹੀ ਹੈ,
ਉਹਨਾਂ ਦੇ ਪ੍ਰਵਚਨ ਮਿਲ ਰਹੇ ਨੇ, ਉਹਨਾਂ ਦੇ ਦਰਸ਼ਨ ਮਿਲ ਰਹੇ ਨੇ। ਬਹੁਤ ਵੱਡੇ ਭਾਗਾਂ ਵਾਲੇ ਆਪਾਂ ਭਾਈ, ਇੰਨੀ ਗੂੜ ਕਮਾਈ ਮਹਾਂਪੁਰਸ਼ਾਂ ਦੀ ਜੋ ਇਸ ਮਾਤ ਲੋਕ ਦੇ ਉੱਤੇ ਸਾਡੇ ਭਲੇ ਹਿੱਤ ਆਏ ਹੋਏ ਨੇ, ਸਾਡੇ ਉੱਤਮ ਕਰਮ ਨੇ ਵੀ ਸਾਨੂੰ ਉਹਨਾਂ ਦੀ ਸ਼ਰਨ ਪ੍ਰਾਪਤ ਹੋਈ ਹੈ। ਸੋ ਬਾਬਾ ਜੀ ਦਾ ਤੇ ਜਥੇ ਦਾ ਬਹੁਤ ਬਹੁਤ ਧੰਨਵਾਦ। ਇਸ ਸਟੇਜ ਦਾ ਇੱਕ ਇੱਕ ਮਿੰਟ ਬੜਾ ਕੀਮਤੀ ਹੁੰਦਾ ਹੈ, ਦਾਸ ਨੂੰ ਨਵਾਜਿਆ ਹੈ, ਕੋਈ ਕਮਾਈ ਨਹੀਂ, ਬਾਬਾ ਜੀ ਦੀ ਕਿਰਪਾ ਦੇ ਨਾਲ ਹੀ ਬੋਲਦੇ ਹਾਂ, ਇਹ ਉਹਨਾਂ ਦੀ ਕਿਰਪਾ ਬਖਸ਼ਿਸ਼ ਹੈ। ਸੋ ਬਾਬਾ ਜੀ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰਕੇ ਹਾਜ਼ਰੀ ਭਰਾਈ ਹੈ, ਸਮੁੱਚੇ ਜਥੇ ਦਾ ਧੰਨਵਾਦ, ਸਤਸੰਗਤਾਂ ਦਾ ਧੰਨਵਾਦ। ਇਤਨੀਆਂ ਬੇਨਤੀਆਂ ਪ੍ਰਵਾਨ ਕਰੋ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਆਪ ਜੀ ਸਰਵਣ ਕਰ ਰਹੇ ਸੀ ਭਾਈ ਬਲਵੀਰ ਸਿੰਘ ਜੀ ਗਹੌਰ ਤੋਂ, ਜਿਨ੍ਹਾਂ ਨੇ ਆਪ ਜੀ ਨਾਲ ਆਪਣੇ ਦਿਲ ਦੇ ਬਲਬਲੇ ਸਾਧੂਆਂ ਦੀ ਮਹਿਮਾ ਜੋ ਉਹਨਾਂ ਦੇ ਜੀਵਨ ਦੇ ਵਿੱਚ ਘਟੀਆਂ ਨੇ ਘਟਨਾਵਾਂ, ਕਿਉਂਕਿ ਇੱਕ ਤਾਂ ਹੁੰਦਾ ਹੈ ਕਿਸੇ ਤੋਂ ਕੁਝ ਸੁਣਨਾ, ਸੁਣ ਕੇ ਉਸਨੂੰ ਅੱਗੇ ਸੁਣਾਉਣਾ, ਕੁਝ ਪੜ੍ਹ ਕੇ ਸੁਣਾਉਣਾ, ਪਰ ਕੁਝ ਘਟਨਾਵਾਂ ਐਸੀਆਂ ਹੁੰਦੀਆਂ ਹਨ ਜੋ ਸਾਡੇ ਨਾਲ ਖੁਦ ਘਟਦੀਆਂ ਨੇ। ਸੋ ਸਾਧੂਆਂ ਦੀ ਮਹਿਮਾ ਉਹਨਾਂ ਪਾਸੋਂ ਆਪਾਂ ਨੇ ਸਰਵਣ ਕੀਤੀ ਹੈ, ਜੋ ਕੁਝ ਉਹਨਾਂ ਨੇ ਮਹਿਸੂਸ ਕੀਤਾ ਜੀਵਨ ਦੇ ਵਿੱਚ। ਬੜੀਆਂ ਸੰਗਤਾਂ ਨੇ, ਬੜਿਆਂ 'ਤੇ ਕਿਰਪਾ ਹੋਈ ਹੈ, ਹੋ ਰਹੀ ਹੈ ਅਤੇ ਹੁੰਦੀ ਓ ਰਹਿਣੀ ਹੈ, ਕਿਉਂਕਿ ਸਾਧੂਆਂ ਦਾ ਦਰ ਐਸਾ ਹੀ ਹੈ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ, ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ। ਸੋ ਇਸ ਪਵਿੱਤਰ ਤਪੋ ਭੂਮੀ 'ਤੇ ਆਪਾਂ ਹਰੀ ਜਸ ਕੀਰਤਨ ਦਾ ਆਨੰਦ ਮਾਣ ਰਹੇ ਹਾਂ। ਆਓ ਹਜ਼ੂਰ ਸੰਤ ਮਹਾਰਾਜ ਜੀ ਵੀ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚਣ ਵਾਲੇ ਹਨ। ਸੋ ਆਪਣੇ ਕੋਲ ਬਾਬਾ ਲਖਵੀਰ ਸਿੰਘ ਜੀ ਡਲੌਡਾ ਤੋਂ, ਸਾਧ ਸੰਗਤ ਜੀ ਉਹ ਵੀ ਪਹੁੰਚੇ ਹਨ, ਸੰਤ ਰੇਨ ਜੀ ਜੀ ਆਇਆਂ ਨੂੰ ਆਖਦੇ ਹਾਂ। ਕਿੰਨੀਆਂ ਗੁਰਸਿੱਖ ਸੰਗਤਾਂ ਸਤਿਗੁਰਾਂ ਦੇ ਪਿਆਰ ਦੇ ਵਿੱਚ ਰੰਗੀਆਂ, ਮਹਾਂਪੁਰਖਾਂ ਦੇ ਪਿਆਰ ਦੇ ਵਿੱਚ ਰੰਗੀਆਂ। ਸਤਿਗੁਰਾਂ ਦਾ ਪਿਆਰ, ਮਹਾਂਪੁਰਖਾਂ ਦਾ ਪਿਆਰ, ਸਾਧ ਸੰਗਤ ਜੀ ਕੋਈ ਅਲੱਗ ਨਹੀਂ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਮਹਾਂਪੁਰਖਾਂ ਨੇ ਸਤਿਗੁਰਾਂ ਦਾ ਪਿਆਰ ਭਰਿਆ, ਕੁੱਟ ਕੁੱਟ ਕੇ ਭਰਿਆ, ਬੜੇ ਲੰਮੇ ਅਰਸਿਆਂ ਤੋਂ ਜਿਹੜੇ ਸੰਗਤ ਕਰਦੇ ਨੇ ਉਹ ਜਾਣਦੇ ਨੇ, ਤੇ ਉਹਨਾਂ ਬਚਨਾਂ ਦਾ ਆਨੰਦ ਜੋ ਹਜ਼ੂਰ ਸੰਤ ਮਹਾਰਾਜ ਜੀ ਨੇ ਜੀਵਨ ਬਖਸ਼ਿਸ਼ ਕੀਤੇ ਨੇ ਸੰਗਤਾਂ ਨੂੰ, ਇੱਕ ਗੁਰਬਾਣੀ ਕੀਰਤਨ ਦਾ ਆਨੰਦ, ਸਤਸੰਗਤ ਦਾ ਆਨੰਦ, ਸਿਮਰਨ ਦਾ ਆਨੰਦ, ਸੇਵਾ ਦਾ ਆਨੰਦ, ਇਹ ਸਾਧ ਸੰਗਤ ਜੀ ਆਮ ਦੁਨੀਆਂ ਦੇ ਨਾਲੋਂ ਵੱਖਰੇ ਨੇ। ਇਹ ਉਹ ਆਨੰਦ ਨੇ ਜਿਹੜੇ ਕਦੇ ਆ ਕੇ ਜਾਂਦੇ ਨਹੀਂ, ਕਿਉਂਕਿ ਮਹਾਂਪੁਰਖ ਕੋਈ ਵਿਣਸਣ ਵਾਲੀਆਂ ਵਸਤੂਆਂ ਦੇ ਕੇ ਖੁਸ਼ ਨਹੀਂ ਹੁੰਦੇ, ਉਹ ਖੁਸ਼ ਹੁੰਦੇ ਨੇ ਸੇਵਾ ਦੀਆਂ, ਸਿਮਰਨ ਦੀਆਂ, ਬਾਣੀ ਦੀਆਂ, ਕੀਰਤਨ ਦੀਆਂ ਦਾਤਾਂ ਦੇ ਕੇ। ਕਈ ਵਾਰ ਮਹਾਂਪੁਰਖਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਆਪਾਂ ਸਰਵਣ ਕਰਦੇ ਹਾਂ ਕਿ ਭਾਈ ਜੇ ਸਾਡੇ ਨਾਲ ਪਿਆਰ ਹੈ, ਤੁਸੀਂ ਕਹਿੰਦੇ ਹੋ ਸਾਡੇ ਨਾਲ ਤੁਹਾਡੇ ਨਾਲ ਪਿਆਰ ਹੈ, ਸਾਡਾ ਜੇ ਤੁਹਾਡਾ ਸਾਡੇ ਨਾਲ ਪਿਆਰ ਹੈ ਤਾਂ ਤੁਸੀਂ ਸਾਡਾ ਵਚਨ ਮੰਨੋ, ਕਿਉਂਕਿ ਸਾਧ ਸੰਗਤ ਜੀ ਮਹਾਂਪੁਰਖਾਂ ਦਾ ਵਚਨ ਦਾ ਹੀ ਰਿਸ਼ਤਾ ਹੁੰਦਾ।
ਸੋ ਬਹੁਤ ਵਡਭਾਗੇ ਆਪਾਂ ਜਿਨ੍ਹਾਂ ਨੂੰ ਮਹਾਂਪੁਰਖਾਂ ਦੀ ਐਸੇ ਕਲਯੁਗ ਦੇ ਸਮੇਂ ਵਿੱਚ ਸੰਗਤ ਮਿਲੀ ਹੈ, ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ ਕਿ ਬਿਨਾਂ ਭਾਗਾਂ ਤੋਂ ਬਿਨਾਂ ਕਰਮਾਂ ਤੋਂ ਸਾਧ ਸੰਗਤ ਦੀ ਐਸੇ ਸਤਿਪੁਰਖਾਂ ਦੀ ਸੰਗਤ ਨਹੀਂ ਪ੍ਰਾਪਤ ਹੁੰਦੀ। ਆਓ ਗੁਰਬਾਣੀ ਕੀਰਤਨ, ਇੱਕ ਗੁਰਬਾਣੀ ਦਾ ਸ਼ਬਦ ਪੜ੍ਹਦੇ ਹਾਂ, ਸਾਰੇ ਆਨੰਦ ਮਾਣਦੇ ਹਾਂ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾਂ ਦੇ ਮਹਾਂਵਾਕ ਅਨੁਸਾਰ। ਆਓ ਸਾਰੇ ਹਾਜ਼ਰੀਆਂ ਲਵਾਈ, ਰਾਮਾ ਮੈਂ ਸਾਧੂ ਚਰਨ ਤੋਂ ਬੀਜੈ, ਰਾਮਾ ਮੈਂ ਸਾਧੂ ਚਰਨ ਤੋਂ ਬੀਜੈ, ਰਾਮਾ ਦਰਸ਼ਨ ਦਾਨ ਦੀਜੈ, ਦਰਸ਼ਨ ਦਾਨ ਦੀਜੈ, ਤ੍ਰਾਹੇ ਤ੍ਰਾਹੇ ਸ਼ਰਨ ਪ੍ਰਭ ਆਏ, ਤ੍ਰਾਹੇ ਤ੍ਰਾਹੇ ਸ਼ਰਨ ਪ੍ਰਭ ਆਏ, ਤ੍ਰਾਹੇ ਤ੍ਰਾਹੇ ਸ਼ਰਨ ਪ੍ਰਭ ਆਏ, ਗੋਪਾ ਗੁਰਮਤ ਨਾਮ ਦਰਲੀਜੈ, ਅਮੋਕਾ ਗੁਰਮਤ ਨਾਮ
काम क्रोध नगर में सब ला काम क्रोध नगर में सब ला काम क्रोध नगर में सब ला काम क्रोध शांत होए अधिकारी
ਸਕੀ ਗੁਰਸਤੀ ਜਿਉਂ ਤੱਕ ਵੀ ਦੇਖ ਸੁਰੀ ਜੈ ਨਿਰਖਤ ਨਿਰਖਤ ਰੈਨ ਸਭ ਨਿਰਖੀ ਮੁਖ ਕਾਟੈ ਅੰਮ੍ਰਿਤ ਪੀਜੈ ਸਾਗਤ ਸਵਾਨ ਕਹੀਐ ਬਹੁ ਲੋਭੀ ਬਹੁ ਗੁਰਮਤ ਮੈਲ ਭਰੀਜੈ ਆਪਨ ਸੁਆਏ ਕਰੈ ਬਹੁ ਬਾਤਾ ਤਿਨਕਾ ਵਿਸਾਹੋ ਕਿਆ ਕੀਜੈ ਸਾਧੂ ਸਾਧ ਸ਼ਰਨ ਮਿਲ ਸੰਗਤ ਜਿਤ ਹਰ ਰਸ ਕਾਟ ਕੜੀਜੈ ਪਰ ਉਪਕਾਰ ਬੋਲੇ ਬਹੁ ਗੁਣੀਆ ਮੁਖ ਸੰਤ ਭਗਤ ਹਰ ਦੀਜੈ ਮੇਰੇ ਠਾਕੁਰ ਕੇ
ਜੀ ਸਤਿਗੁਰਾਂ ਦੇ ਚਰਨਾਂ ਵਿੱਚ ਹਮੇਸ਼ਾ ਹੀ ਇਹੋ ਹੀ ਅਰਦਾਸਾਂ ਬੇਨਤੀਆਂ ਨੇ हे सतगुरु जी बड़ी कृपा कीती है तुसी बड़ी रहमत कीती है साडे ते साध संगत जी ये आपां नूं ओ सचखंड दीआं घड़ियां नसीब हो रही ने जिहड़ियां हर किसी के कर्मां विच सतगुरां ने नहीं लिखियां मता किते आपां एवें ही समझ लईए बहुत वड्डी कृपा अकाल पुरख वाहिगुरु जी दी जिन्हां नूं ऐसे कलयुग के भयानक समय विच ऐसी धरती ਜਿਹੜੀ ਜਿਸ ਧਰਤੀ ਦਾ ਸਾਧ ਸੰਗਤ ਜੀ ਕਣ ਕਣ ਨਾਮ ਦੇ ਨਾਲ ਰੰਗਿਆ ਮਹਾਂਪੁਰਖਾਂ ਨੇ ਇਹੋ ਜੀ ਪਵਿੱਤਰ ਧਰਤੀ ਤੇ ਬੈਠ ਕੇ ਪਰਮੇਸ਼ਰ ਦੀ ਯਾਦ ਵਿੱਚ ਜੁੜਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹਰ ਕਿਸੇ ਨੂੰ ਨਹੀਂ ਹੁੰਦਾ ਬਹੁਤ ਵੱਡੀ ਰਹਿਮਤ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਕਰਨ ਸਤਿਗੁਰੂ ਸਤਿਗੁਰਾਂ ਨੇ ਇਹ ਉੱਚਾ ਸੁੱਚਾ ਪਵਿੱਤਰ ਮਾਰਗ ਬਖਸ਼ਿਆ ਸਾਨੂੰ ਤੇ ਇਸੇ ਤਰ੍ਹਾਂ ਸਾਡੀ ਸਾਰਿਆਂ ਦੀ ਚਰਨੀ ਲੱਗਿਆਂ ਦੀ ਓੜ ਨਿਭਾ ਲੈਣ ਆਓ ਹਜ਼ੂਰ ਸੰਤ ਮਹਾਰਾਜ ਜੀ ਆਪਣੇ ਆਸਣਾਂ ਤੇ ਬਿਰਾਜਮਾਨ ਹੋ ਚੁੱਕੇ ਹਨ ਉਹਨਾਂ ਦੀ ਪਾਵਨ ਰਸਨਾ ਤੋਂ ਆਪਾਂ ਨੇ ਸਾਰਿਆਂ ਨੇ ਲਾਹੇ ਲੈਣੇ ਨੇ ਸੋ ਜਿੱਥੇ ਬੇਅੰਤ ਗੁਰਮੁਖ ਰੂਹਾਂ ਮਹਾਂਪੁਰਖ ਪਹੁੰਚੇ ਨੇ ਬਾਬਾ ਹਿੰਮਤ ਸਿੰਘ ਜੀ ਰਾਮਪੁਰ ਛੰਨਾ ਤੋਂ ਉਹ ਵੀ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹਨ ਸੋ ਸਮੂਹ ਸੰਗਤਾਂ ਨੂੰ ਮਹਾਂਪੁਰਖਾਂ ਨੂੰ ਗੁਰਮੁਖਾਂ ਪਿਆਰਿਆਂ ਨੂੰ ਜੀਓ ਆਇਆਂ ਆਓ ਸਾਰੇ ਰਲ ਕੇ ਧਾਰਨਾ ਪੜੀਏ ਤੇ ਫਿਰ ਮਹਾਂਪੁਰਖਾਂ ਨੂੰ ਬੇਨਤੀ ਕਰਾਂਗੇ ਆਪਣੇ ਬਚਨਾਂ ਦਾ ਮੀਂਹ ਵਰਸਾਉਣਗੇ ਬਾਹ ਫੜ ਕੇ ਰੱਖਿਓ ਜੀ ਅਸੀਂ ਅਣਜਾਣ ਬੱਚੇ ਹਾਂ ਸ਼ਰਨ ਪ੍ਰਭ ਆਏ ਰਾਮ ਰਾਜੇ ਹਮ ਭੂਲ ਵਿਗਾੜੇ ਦਿਨ ਸਰਾਤ ਹਰ ਲਾਜ ਰਖਾਏ
ਸੋ ਆਓ ਸਾਧ ਸੰਗਤ ਜੀ ਕਿਰਪਾ ਕਰਨ ਸਤਿਗੁਰੂ ਸਾਨੂੰ ਇਸੇ ਤਰ੍ਹਾਂ ਸਾਰਿਆਂ ਨੂੰ ਚਰਨਾਂ ਨਾਲ ਜੋੜੀ ਰੱਖਣ। ਆਓ ਹੁਣ ਆਪਾਂ ਹਜ਼ੂਰ ਮਹਾਂਪੁਰਖਾਂ ਦੀ ਪਾਵਨ ਰਸਨਾ ਤੋਂ ਲਾਹੇ ਲਈਏ। ਅੰਮ੍ਰਿਤ ਵਚਨਾਂ ਦਾ ਮੀਂਹ ਜਿਹੜਾ ਮਹਾਂਪੁਰਖਾਂ ਨੇ ਵਰਸਾਉਣਾ ਉਸਨੂੰ ਸਰਵਣ ਕਰਕੇ ਆਪਣੇ ਤਨ ਅਤੇ ਮਨ ਨੂੰ ਠਾਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਸ਼੍ਰੀ ਵਾਹਿਗੁਰੂ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ, ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜੈ ਸੋ ਗੁਰ ਉਪਦੇਸਿਆ ਮੈਂ ਤੈ ਸੋ ਕਹਿਆ ਪੁਕਾਰ, ਕਹਿ ਨਾਨਕ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ। ਤੂੰ ਬੋਲਾ ਸਵਾਮੀ ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸੁਨੋ ਬੇਨਤੀਆ ਸਵਾਮੀ ਮੇਰੇ ਰਾਮ, ਕੋਟ ਅਪਰਾਧ ਭਰੇ ਪੀ ਤੇਰੇ ਚੇਰੇ ਰਾਮ, ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇ ਸਹਿ ਪੰਜਨਾ ਸਰਨ ਤੇਰੀ
रख ले ओ मेरी सर्व में निरंजना सुनत पेखत संग सब के प्रभ निरहूत निरे अरदास नानक सुन स्वामी रख लिहो करके चेरे वाहे गुरु वाहे गुरु जपो वाहे गुरु 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 जपो वाहे गुरु वाहे वाहे गुरु 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 धन गुरु नानक देव साहेब जी धन गुरु नानक देव साहेब जी धन गुरु नानक देव साहेब जी धन गुरु नानक देव साहेब धन गुरु नानक देव साहेब जी धन गुरु नानक देव साहेब जी धन गुरु वाहे 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 गुरु जपो वाहे गुरु वाहे गुरु वाहे गुरु वाहे गुरु सतनाम 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 वाहे गुरु 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 जिस नाही दातार अपना नाम दे हो नाही दातार अपना नाम दे हो गुण गावा दिन रात नानक चावे हो फिरत फिरत प्रभ आया परया तो सरनाए नानक की प्रभ बेनती अपनी भक्ति लाए नानक की प्रभ बेनती अपनी भक्ति लाए सर्व सिमरति पेखे सर्व टंडोल जिस नाही हर हरे नानक नाम अमोल प्रभु का सिमरन सब ते ऊंचा प्रभु का सिमरन सब ते ऊंचा प्रभु का सिमरन उधरे मूचा प्रभु का सिमरन उधरे मूचा वाहे गुरु 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 वाहे गुरु
ਵਾਹਿਗੁਰੂ 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 ਜਪੋ ਵਾਹਿਗੁਰੂ 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 ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਸਭ ਆਖੋ ਧੰਨ ਗੁਰੂ ਨਾਨਕ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਕਿਰਪਾ ਦੇ ਨਾਲ ਮਨੇ ਤੇ ਵਿਰਾਜਮਾਨ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀ ਦੀ ਜਗ ਦੀ ਜੋਤ ਸ਼ਬਦ ਅਵਤਾਰ ਇਸ ਤਪੋਬਨ ਦੇ ਵਿੱਚ ਇਸ ਗਹਿਬਰਬਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੁਗੋ ਜੁਗ ਅਟਲ ਜਿਨ੍ਹਾਂ ਦੇ ਪਾਵਨ ਦਰਸ਼ਨ ਕਰ ਰਹੇ ਹੋ ਕੀਰਤਨ ਰੂਪੀ ਤਪ ਸਿਮਰ ਰੂਪੀ ਤਪ ਕਰ ਰਹੇ ਹੋ ਸੇਵਾ ਰੂਪੀ ਤਪ ਕਰ ਰਹੇ ਹੋ ਪ੍ਰਭੂ ਦੀ ਭਗਤੀ ਕਲਯੁਗ ਦੇ ਅੰਦਰ ਕੀਰਤਨ ਭਗਤੀ ਸਿਮਰਨ ਭਗਤੀ ਕਲਯੁਗ ਮੈਂ ਕੀਰਤਨ ਗੁਰਮੁਖ ਜਪੀਏ ਲਾਏ ਧਿਆਨ ਆਪ ਤਰੈ ਸਗਲੇ ਕੁਲ ਤਾਰੈ ਹਰ ਦਰਗਹਿ ਸਾਡੇ ਭਾਗ ਜਾਗੇ ਨੇ ਸਮਝ ਜਦੋਂ ਗੁਰਾਂ ਦਾ ਦੀਦਾਰ ਹੁੰਦਾ ਸਤਿਗੁਰਾਂ ਦੀ ਸੰਗਤ ਮਿਲਦੀ ਹੈ ਕੀਰਤਨ ਮਿਲਦਾ ਹੈ ਰੱਬ ਦੇ ਪਿਆਰੇ ਗੁਰਮੁਖ ਨਾਮ ਜਪਣ ਵਾਲੀਆਂ ਰੂਹਾਂ ਦਾ ਦਰਸ਼ਨ ਦੀਦਾਰ ਹੁੰਦਾ ਵਡ ਭਾਗਹੀਨ ਹਰ ਸੰਗਤ ਭਾਗਹੀਨ ਕਰਮ ਝੋਟਾਂ ਖਾਵੇ ਬਿਨ ਭਾਗਾਂ ਸਤਸੰਗ ਨ ਲੱਭੈ ਬਿਨ ਸੰਗਤ ਮੈ ਸੋ ਜਿੰਨੇ ਵੀ ਮਿੰਟ ਨੇ ਭਾਈ ਆਪਣੀ ਮਨੋਵਿਰਤੀ ਨੂੰ ਸੰਸਾਰ ਦੇ ਵਿੱਚੋਂ ਕੱਢ ਕੇ ਸਿਮਰਨ ਦੇ ਨਾਲ ਜੋੜੋ ਗੁਰੂ ਦਾ ਧਿਆਨ ਧਰੋ ਸੰਸੇ ਫਰਨੇ ਕੁਫਰਨੇ ਇਹਨਾਂ ਤੋਂ ਦੂਰ ਹੋਵੋ ਸੰਸਾ ਇਹੋ ਸੰਸਾਰ ਜਨਮ ਮਰਨ ਵਿੱਚ ਦੁੱਖ ਸਵਾਇਆ ਸਹਿਸ ਜੀਓ ਮਲੀਨ ਹੈ ਮਨ ਕੀ ਹੈ ਫਰਨੇ ਸੰਕਲਪ ਵਿਕਲਪ ਫਰਨਿਆਂ ਦਾ ਸੰਕਲਪਾਂ ਦਾ ਇਕੱਠ ਇਹ ਮਨ ਸਕਤੀ ਇਹ ਮਨ ਸੀਓ ਇਹ ਮਨ ਪੰਚ ਤੱਤ ਕੋ ਜੀਓ ਇਹ ਮਨ ਲੈ ਜਾਓ ਨ ਮਨ ਰਹਿ ਤਤੀਨ ਲੋਕ ਕੀ ਬਾਤੈਂ ਕਹਿ ਸੰਸਾਰ ਦੇ ਵਿੱਚ ਕੱਢ ਕੇ ਇਹੀ ਮਨ ਜਦੋਂ ਗੁਰੂ ਨਾਲ ਜੁੜ ਜਾਣਾ ਭਾਈ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਣਾ ਹੈ ਪਰਮੇਸ਼ਰ ਨਾਲ ਜੁੜ ਜਾਣਾ ਹੈ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਣਾ ਇਹੀ ਕੰਮ ਹੈ ਦੁਨੀਆਂ ਤੇ ਮਮਾ ਮਨ ਸਿਉਂ ਕਾਜ ਹੈ ਮਨ ਸਾਦੇ ਸਿੱਧ ਹੋਏ ਮਨ ਨੂੰ ਸਾਧਨ ਦੇ ਨਾਲ ਹੀ ਕੰਮ ਹੋਣਾ ਜਿਵੇਂ ਯੋਗੀਆਂ ਨੂੰ ਗੁਰੂ ਜੀ ਨੇ ਆਖਿਆ ਮਨ ਜੀਤੇ ਜਗ ਜੀਤ
ਸੰਸਾਰ ਨੂੰ ਜਿੱਤਣ ਦੇ ਨਾਲ ਕੁਛ ਨਹੀਂ ਬਣਨਾ। ਵੱਡੇ ਵੱਡੇ ਦੁਨੀਆ ਨੂੰ ਜਿੱਤਣ ਦਾ ਸੁਪਨਾ ਲੈ ਕੇ ਸੰਸਾਰ ਤੋਂ ਚਲੇ ਗਏ ਵਾਹਿਗੁਰੂ। ਗੁਰੂ ਜੀ ਕਹਿੰਦੇ ਨੇ ਮਨ ਨੂੰ ਜਿੱਤੋ, ਮਨ ਦੇ ਆਪਣਾ ਇਸ ਫੁਰਨੇ ਤੇ ਕੰਟਰੋਲ ਪਾਓ। ਇਸੇ ਕਰਕੇ ਦੁਖੀ ਹਾਂ ਅਸ਼ਾਂਤ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਦੇ ਸ਼ਬਦ ਦੇ ਨਾਲ ਇਹੀ ਹੈ ਢੰਗ ਤਰੀਕਾ ਭਾਈ। ਸੰਗਤ ਵਿੱਚ ਆ ਕੇ ਪ੍ਰਭ ਕਾ ਸਿਮਰਨ, ਸਭ ਤੇ ਗੁਰੂ ਦੇ ਸ਼ਬਦ ਦੀ ਸ਼ਕਤੀ, ਗੁਰੂ ਦਾ ਸ਼ਬਦ ਹੀ ਇਸ ਨੂੰ ਨਿਰਮਲ ਕਰੇਗਾ, ਸਾਫ਼ ਕਰੇਗਾ, ਟਿਕਾਵੇਗਾ। ਮਮਾ ਮਨ ਸਿਉ ਕਾਜ ਹੈ ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹਿ ਕਬੀਰਾ, ਮਨ ਸਾ ਮਿਲਿਆ ਨ ਕੋ। ਵਾਹਿਗੁਰੂ। ਸਭ ਸਿਮਰਨ ਕਰੋ, ਧਿਆਨ ਕਰੋ, ਦਰਸ਼ਨ ਗੁਰੂ ਦਾ, ਸੰਗਤਾਂ ਦਾ ਦਰਸ਼ਨ ਵੀ ਹੋ ਰਿਹਾ ਹੈ। ਧਿਆਨ ਦੇ ਨਾਲ ਸਭ ਜਪਣਾ ਕਰੋ, ਇਹੀ ਕਹਿੰਦੀ ਹੈ ਬਾਣੀ ਭਾਈ। ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ। ਵਾਹਿਗੁਰੂ ਵਾਹਿਗੁਰੂ। ਇਹ ਸਿਮਰਨ ਭਗਤੀ ਹੈ। ਵਾਹਿਗੁਰੂ 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 ਵਾਹਿਗੁਰੂ। ਸਭ ਜਪੋ ਮਾਈ ਭਾਈ, ਗੁਰਾਂ ਅੱਗੇ ਹੱਥ ਜੋੜ ਕੇ ਐ ਸਾਵਧਾਨ ਹੋ ਕੇ ਬੈਠ ਕੇ ਦੁਨੀਆਂ ਵਿੱਚੋਂ ਮਨ ਨੂੰ ਕੱਢ ਕੇ ਗੁਰੂ ਦੇ ਸ਼ਬਦ ਦੇ ਨਾਲ ਜੋੜੋ। ਬਿਨ ਹਰ ਨਾਮ ਨਾ ਸ਼ਾਂਤ ਹੋਏ, ਵਾਹਿਗੁਰੂ ਜਪਦੇ ਰਹੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ। ਵਾਹਿਗੁਰੂ ਕੰਨਾਂ ਦੇ ਨਾਲ ਸੁਣਨਾ ਹੈ, ਜਵਾਨ ਦੇ ਨਾਲ ਜਪਣਾ ਹੈ ਭਾਈ। ਜੋ ਵਿਚਾਰ ਵੀ ਹੋ ਰਹੀ ਉਹ ਵੀ ਕੰਨਾਂ ਦੇ ਨਾਲ ਸੁਣਨੀ ਆ ਭਾਈ। ਜਵਾਨ ਦੇ ਨਾਲ ਸਵਾਸਾਂ ਦੇ ਨਾਲ ਪਰਮਾਤਮਾ ਦਾ ਨਾਮ ਜਪਣ ਤੋਂ ਨਹੀਂ ਹਟਣਾ। ਵਾਹਿਗੁਰੂ। ਮਨ ਨੂੰ ਇੱਧਰ ਉੱਧਰ ਦੌੜਨ ਦੀ ਇਜਾਜ਼ਤ ਨਹੀਂ ਦੇਣੀ। ਵਾਹਿਗੁਰੂ। ਗੁਰੂ ਤੋਂ ਬਿਨਾਂ ਹੋਰ ਫੁਰਨਾ ਨਹੀਂ ਕਰਨਾ ਹੈ ਭਾਈ, ਜੇ ਸਤਸੰਗ ਦਾ ਪੂਰਾ ਲਾਭ ਉਠਾਉਣਾ। ਹੋਰ ਫੁਰਨੇ ਮਨ ਦੇ ਵਿੱਚ ਨਹੀਂ ਲਿਆਉਣ ਦੇਣੇ, ਸ਼ਬਦ ਨਾਲ ਜੋੜੋ। ਵਾਹਿਗੁਰੂ ਵਾਹਿਗੁਰੂ। ਧਿਆਨ ਗੁਰੂ ਦਾ ਧਰਨਾ ਹੈ ਭਾਈ, ਜਾਂ ਸ਼ਬਦ ਦੀ ਧੁਨੀ ਵਿੱਚ ਲਾਉਣਾ ਹੈ, ਆਵਾਜ਼ ਵਿੱਚ ਲਾ ਲਾ। ਵਾਹਿਗੁਰੂ 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 ਗੁਰੂ 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 ਵਾਹਿਗੁਰੂ 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 ਗੁਰੂ 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 ਵਾਹਿਗੁਰੂ ਵਾਹਿਗੁਰੂ ਇਹੀ ਤੱਤ ਹੈ ਭਾਈ, ਇਹੀ ਸਾਰ ਹੈ। ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ 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 ਵਾਹਿਗੁਰੂ। ਇੱਧਰ ਉੱਧਰ ਨਹੀਂ ਦੇਖਣਾ ਭਾਈ, ਸਾਵਧਾਨ ਹੋ ਕੇ ਬੈਠੋ, ਸੌਂਕੜੀ ਲਗਾਓ, ਸਿਮਰਨ ਕਰੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੇ ਤੁਹਾਡਾ ਸ਼ਬਦ ਦੇ ਨਾਲ ਨਾਮ ਦੇ ਨਾਲ ਮਨ ਨਹੀਂ ਜੁੜਿਆ, ਫਿਰ ਸਤਸੰਗੀ ਨਹੀਂ ਹੈਗੇ ਭਾਈ, ਫਿਰ ਤਾਂ ਮੇਲਾ ਦੇਖਣ ਆਏ ਹੋਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪਰੰਤੂ ਇਹ ਸਤਸੰਗਤ ਮੇਲੇ 'ਚ ਮਨ ਲਾਉਣਾ,
ਦੁਨੀਆਂ ਦੇ ਮੇਲੇ ਹੋਰ ਨੇ ਰੰਗ ਤਮਾਸੇ ਦੇਖਣੇ ਭਾਈ ਪਰ ਸੱਚਾ ਤਖ਼ਤ ਰਚਾਇਆ ਸਤਸੰਗਤ ਮੇਲਾ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਨੇ ਦੁਨੀਆਂ ਕਿਵੇਂ ਤਾਰੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਤਨਾਮ ਵਾਲਾ ਚੱਕਰ ਚਲਾ ਕੇ ਗੁਰਾਂ ਨੇ ਤਾਰੀ ਸਾਰੀ ਦੁਨੀਆ ਸਤਨਾਮ ਵਾਲਾ ਚੱਕਰ ਚਲਾ ਕੇ ਦੁਨੀਆ ਨੇ ਤਾਰੀ ਸਤਨਾਮ ਵਾਲਾ ਚੱਕਰ ਗੁਰਾਂ ਨੇ ਤਾਰੀ ਸਾਰੀ ਦੁਨੀਆ ਸਤਨਾਮ ਦੁਨੀਆ ਸਤਨਾਮ ਵਾਲਾ ਵਾਹਿਗੁਰੂ ਸਾਰੀ ਦੁਨੀਆ ਸਤਨਾਮ ਵਾਲਾ ਕੁਰਾਨੇ ਤਾਰੀ ਸਤਨਾਮ ਵਾਲਾ ਚੱਕਰ ਚਲਾ ਕੇ ਗੁਰਾਨੇ ਤਾਰੀ ਸਾਰੀ ਸਤਨਾਮ ਵਾਲਾ ਚੱਕਰ ਚਲਾ ਕੇ ਗੁਰਾਨੇ ਤਾਰੀ ਸਾਰੀ ਦੁਨੀਆ ਸਾਰੀ ਸਾਰੀ ਦੁਨੀਆ ਚਲਾ ਕੇ ਗੁਰਾਂ ਨੇ ਤਾਰੀ ਸੱਤਾਂ ਦੀ ਪਰਨਵਾਂ ਖੰਡਾਂ ਦੇ ਵਿੱਚ ਕੀ ਹੋਗਤ ਕੀ ਹੋਕਾ ਦਿੱਤਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੋ ਸਤਨਾਮ ਪਿਆਰਾ ਸਤਨਾਮ ਸਤਨਾਮ ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ ਸਤਨਾਮ ਜੀ ਸਤਨਾਮ ਜੀ ਪਿਆਰਾ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਸਤਨਾਮ ਸਤਨਾਮ ਜੀ
ਸਤਨਾਮ ਪੜ ਮੰਤਰ ਸੁਣਾਇਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋ ਸਪਨਾ ਪੰਥ ਨਰਾਰਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੀ ਹੋਕਾ ਦਿੱਤਾ ਹੈ ਸੰਸਾਰ ਦੇ ਵਿੱਚ ਪਰਮਾਤਮਾ ਦਾ ਨਾਮ ਜਿੱਤੀ ਨਾਂ ਅਖੰਡ ਮੇਦਨੀ ਸਤਨਾਮ ਦਾ ਚੱਕਰ। ਮੇਦਨੀ ਧਰਤੀ ਨੂੰ ਦੁਨੀਆਂ ਨੂੰ ਕਹਿੰਦੇ ਜਿੱਤੀ ਨੌ ਖੰਡ ਮੇਦਨੀ। ਨੌ ਖੰਡਾਂ ਚ ਇਹ ਆਪਣੀ ਜਿਹੜੀ ਧਰਤੀ ਹੈ ਮਿਣੀ ਜਾਂਦੀ। ਸਤਨਾਮ ਦਾ ਚੱਕਰ ਫਿਰਾਇਆ ਸੱਚੇ ਨਾਮ ਭਾਈ ਪਰਮਾਤਮਾ ਦਾ ਨਾਮ। ਸੋ ਸਤਸੰਗਤ ਕੈਸੀ ਜਾਣੀਆਂ ਜਿੱਥੇ ਇੱਕੋ ਨਾਮ ਵਖਾਣੀ ਹੈ। ਜਿੱਥੇ ਪਰਮਾਤਮਾ ਦਾ ਨਾਮ, ਪਰਮਾਤਮਾ ਦੇ ਨਾਮ ਦੀ ਵਿਚਾਰ, ਰਾਮ ਨਾਮ ਜੋ ਕਰੈ ਵਿਚਾਰ। ਸੇ ਧਨਵੰਤ ਗਨੀ ਸੰਸਾਰ। ਗੁਰੂ ਜੀ ਕਹਿੰਦੇ ਨੇ ਅਸਲ ਅਮੀਰ ਉਹ ਨੇ ਭਾਈ, ਰਿਚ ਲੋਕ ਉਹ ਨਹੀਂ ਜਿਨ੍ਹਾਂ ਦੇ ਕੋਲ ਪੈਸਾ ਹੈ, ਧਨ ਦੌਲਤ ਲੱਖਾਂ ਕਰੋੜਾਂ ਅਰਬਾਂ ਖਰਬਾਂ ਪਤੀਆਂ ਨਹੀਂ। ਉਹ ਨੇ ਜਿਹੜੇ ਪਰਮਾਤਮਾ ਦੇ ਨਾਮ ਦੀ ਮਹਿਮਾ ਕਰਦੇ ਨੇ, ਪਰਮਾਤਮਾ ਦੇ ਨਾਮ ਦੀ ਮਹਿਮਾ ਸੁਣਦੇ ਨੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਜਪੋ, ਸਾਰੇ ਬੋਲੋ ਭਾਈ, ਹੱਥ ਜੋੜ ਕੇ ਬੇਨਤੀ ਹੈ ਸਰ, ਹਾਜ਼ਰੀ ਲਾਓ। ਜੇ ਮਨ ਦੀ ਸ਼ਾਂਤੀ ਚਾਹੁੰਦੇ, ਜੇ ਗੁਰੂ ਦੀ ਕਿਰਪਾ, ਵਾਹਿਗੁਰੂ। ਇਸ ਪਰਮਾਤਮਾ ਦੇ ਨਾਮ ਨੇ ਸਾਡੇ ਦੁੱਖਾਂ ਦਾ ਨਾਸ ਕਰਨਾ ਭਾਈ, ਪਾਪਾਂ ਦਾ ਨਾਸ ਕਰਨਾ ਹੈ। ਵਾਹਿਗੁਰੂ ਜਿਵੇਂ ਅੱਗ ਸਾੜਦੀ ਹੈ ਲੱਕੜਾਂ ਨੂੰ, ਇਹ ਨਾਮ ਸਾਡੇ ਦੁੱਖਾਂ ਪਾਪਾਂ ਨੂੰ ਸਾੜਦਾ ਹੈ। ਵਾਹਿਗੁਰੂ 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 ਗੁਰੂ ਵਾਹਿਗੁਰੂ 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 ਵਾਹਿਗੁਰੂ। ਕਬੀਰ ਜੀ ਮਹਾਰਾਜ ਕੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਰਾਮ ਜਪੋ ਜੀ ਐਸੇ ਐਸੇ, ਰਾਮ ਜਪੋ ਜੀ ਐਸੇ ਐਸੇ, ਰਾਮ ਜਪੋ ਪ੍ਰਹਲਾਦ ਜਪਿਓ ਹਰ ਜੈਸੇ, ਰੋ 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 ਪ੍ਰਹਲਾਦ। ਰਾਮ ਜਪੋ ਜੀ ਐਸੇ ਐਸੇ, ਰਾਮ ਜਪੋ ਜੀ ਐਸੇ ਐਸੇ, ਰਾਮ ਜਪੋ ਜੀ ਪ੍ਰਹਲਾਦ ਜਪਿਓ ਹਰ ਜੈਸੇ, ਤੂੰ ਪ੍ਰਹਲਾਦ ਜਪਿਓ ਹਰ ਜੈਸੇ, ਤੂੰ ਪ੍ਰਹਲਾਦ ਜਪਿਓ ਹਰ ਜੈਸੇ,
राम जपो जैसे तू प्रहलाद जप्यो हर दीन दयाल परोसे दे सब परवार जड़ाया जात सभावत हुक्म मना इस बेड़े को पार लना गुर प्रसाद ऐसे बोध चुक गए फिर आवन कहो कबीर भज सारंग पानी गुरबार पार सब एको दानी राम जपो जी ऐसे ऐसे परमात्मा दा नाम इस तरह जपो जिमें ध्रुव ने जपया जिमें प्रहलाद ने जपया इन्नी छोटी उम्र ते एड्डी वड्डी शरदा एड्डा वड्डा प्यार जिमें साहबजादा बाबा जोरावर सिंह जी साहबजादा बाबा फतेह सिंह जी 7 साल की उम्र है 9 साल की उम्र है एड्डा वड्डा सिदक एडा वड्डा भरोसा एडा वड्डा विश्वास बोलो सतनाम श्री वाहिगुरु साडी किन्नी किन्नी उम्र हो गई सानू परमात्मा ते गुरु ते विश्वास नहीं आया पांच बरख को अनाथ त्रुबारक हर सिमरत अमर अटारे सिर्फ 5 साल की उम्र कई बच्चे देखे ने छोटी उम्र दे विचे बड़ा प्यार लग जांदा गुरु का सिमरन करते नाम जपते ने चौंकड़े मार के बैठ जाते हैं किन्ने किन्ने घंटे संगत विच कीर्तन विच कई दी उम्र किन्नी किन्नी हो जाती है मन टिकदा ही नहीं पाए जवानी आ गई किन्नी किन्नी उम्र हो गई संगत च बैठना नहीं गुरु नू मत्था नहीं टेकना बोलना नहीं आया है उम्र इन्नी इन्नी हो गई सियाने हो गए परंतु बोलना नहीं आया पाई संगत विच बैठना नहीं आया मन टकाउणा नहीं आया वाहिगुरु 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 गुरु वाहिगुरु 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 जी ध्रुव जी की उम्र 5 साल की विश्वास एड्डी वड्डी शरदा एड्डा भरोसा सब आसरे छड़ के जंगल नूं तुर गए इन्ना वैराग लग गया एड्डा वड्डा वैराग लग गया भी रब नूं पा के हटना है परतख परमात्मा नूं पाउणा है बोलो सतनाम श्री वाहिगुरु बाणी च लिखिया भाई पांच बरख को अनाथ त्रुबारक हर सिमरत अमर अटारे हरि नु सिमर के अमर पदवी प्राप्त कीती ते अटल पदवी प्राप्त कीती बोलो सतनाम श्री वाहिगुरु फिर बोलो पांच बरख को अनाथ त्रुबारक हर सिमरत अमर अटारे हरी दी एह जी दृढ़ भगती कीती इन्ना नाम जपया ओखा प्यासा उड़ गईयां जंगल विच शेर वगैरे डर चके गए सप बिच्छू सब कोई परवाह मी किणी नेरी चखड़ भुख प्यास
ਇੱਕ ਆਪਣੇ ਗੁਰੂ ਦੇ ਵਚਨ ਤੇ ਵਿਸ਼ਵਾਸ ਕਰਕੇ ਗੁਰੂ ਨਾਰਦ ਮੁਨੀ ਜੀ ਨਾਰਦ ਮਨ ਉਪਦੇਸਿਆ ਨਾਮ ਨਿਧਾਨ ਹਮਿਓ ਰਸ ਪੀਤਾ ਨਾਮ ਅੰਮ੍ਰਿਤ ਨੂੰ ਪੀਣ ਲੱਗੇ ਅਮਰ ਪਦਵੀ ਪ੍ਰਾਪਤ ਕੀਤੀ ਸਾਡੀ ਇੰਨੀ ਇੰਨੀ ਉਮਰ ਹੋ ਗਈ ਅਜੇ ਰੱਬ ਦੇ ਨੇੜੇ ਤੇ ਨਹੀਂ ਪਾਈ ਅਜੇ ਤਾਂ ਗੁਰੂ ਨੂੰ ਮੱਥਾ ਟੇਕਣਾ ਨਹੀਂ ਆਇਆ ਸ਼ਰਧਾ ਨਾਲ ਸੰਗਤ ਚ ਬੈਠਣਾ ਨਹੀਂ ਆਇਆ ਸ਼ਬਦ ਵਿੱਚ ਗਾਇਨ ਕਰਨ ਨਹੀਂ ਬਾਣੀ ਕੋਈ ਕੰਠ ਨਹੀਂ ਗੁਰੂ ਦਾ ਸ਼ਬਦ ਕੋਈ ਕੰਠ ਨਹੀਂ ਘੰਟਾ ਸਿਮਰਨ ਨਹੀਂ ਦੋ ਘੰਟੇ ਸਿਮਰਨ ਨਹੀਂ ਵਾਹਿਗੁਰੂ ਜੀ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਇਹਨਾਂ ਦੋ ਬੱਚਿਆਂ ਦੀ ਧਾਰਨਾ ਦਿੱਤੀ ਹੈ ਬਾਣੀ ਦੇ ਵਿੱਚ ਦੂਸਰੀ ਪ੍ਰਹਿਲਾਦ ਜੀ ਦੀ ਦਿੱਤੀ ਹੈ ਉਮਰ ਸਿਰਫ 7-8 ਸਾਲ ਦੀ ਭਰੋਸਾ ਏਡਾ ਵੱਡਾ ਕਿੰਨੇ ਦੁੱਖਾਂ ਤਕਲੀਫਾਂ ਦੇ ਵਿੱਚ ਗੁਜ਼ਰੇ ਭਗਤੀ ਨਹੀਂ ਛੱਡੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਭਗਤੀ ਨਹੀਂ ਛੱਡੀ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰਤਾ ਮੇਰੇ ਮੂਰਖ ਮਨ ਤੂੰ ਕਿੱਥੇ ਭਟਕਦਾ ਫਿਰਦਾ ਤੈਨੂੰ ਅਜੇ ਤੱਕ ਵਿਸ਼ਵਾਸ ਨਹੀਂ ਪਰਮਾਤਮਾ ਦੀ ਭਗਤੀ ਤੇ ਪਰਮਾਤਮਾ ਤੇ ਗੁਰੂ ਦੇ ਵਚਨਾਂ ਤੇ ਵਿਸ਼ਵਾਸ ਨਹੀਂ ਆਇਆ ਗੁਰੂ ਦੀ ਬਾਣੀ ਤੇ ਭਰੋਸਾ ਨਹੀਂ ਹੈ ਗੁਰੂ ਨਾਲ ਪਿਆਰ ਨਹੀਂ ਹੈ ਬਾਣੀ ਤੇ ਵੀ ਸ਼ੰਕੇ ਫਿਰਦੇ ਨੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਪ੍ਰਭੂ ਦੀ ਸ਼ਰਨ ਦੇਖੋ ਜੋ ਪ੍ਰਭੂ ਦੀ ਸ਼ਰਨ ਵਿੱਚ ਆ ਗਿਆ ਕੀ ਇਹ ਪ੍ਰਭੂ ਹੇ ਗੁਰੂ ਮੈਂ ਤੇਰਾ ਬਣ ਗਿਆ ਦੁਨੀਆਂ ਦਾ ਨਹੀਂ ਮੈਂ ਤੇਰਾ ਹਾਂ ਜਿਹ ਸਿਮਰਤ ਗਨ ਕਾ ਸੀ ਉਦਰ ਗਨ ਕਾ ਪਾਪਣ ਸੀ ਪਰੰਤੂ ਉਹਨੇ ਰੱਬ ਦਾ ਨਾਮ ਜਪਿਆ ਤਾ ਕੋ ਜਸ ਉਰ ਧਾਰੋ ਉਹ ਪ੍ਰਭੂ ਦੇ ਜਸ ਨੂੰ ਹਿਰਦੇ ਚ ਧਾਰ ਲੈ ਇਹ ਮੇਰੇ ਮੂਰਖ ਮਨ ਅਟਲ ਪਿਓ ਤਰੂ ਜਾ ਕੇ ਸਿਮਰਨ ਧਰੂ ਨੇ ਅਟਲ ਪਦਵੀ ਪ੍ਰਾਪਤ ਕਰ ਲਈ ਪਰਮਾਤਮਾ ਦਾ ਨਾਮ ਜਪ ਕੇ ਇੰਨੀ ਛੋਟੀ ਉਮਰ ਦੇ ਵਿੱਚ ਹਰ ਨਿਰਭੈ ਪਦ ਪਾਇਆ ਨਿਰਭੈ ਪਦ ਦੀ ਪ੍ਰਾਪਤੀ ਕਰ ਲਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਰਮਾਉਂਦੇ ਨੇ ਅਟਲ ਪਿਓ ਤਰੂ ਜਾ ਕੇ ਸਿਮਰਨ ਹਰ ਨਿਰਭੈ ਪਦ ਪਾਇਆ ਤੇਰਾ ਮਨ ਨਹੀਂ ਲੱਗਦਾ ਤੂੰ ਕਹੀ ਜਾਂਦਾ ਮੈਂ ਸਿਮਨ ਚ ਸੰਗਤ ਚ ਬੈਠਾ ਸਿਮਨ ਚ ਬੈਠਾ ਕੀਰਤਨ ਚ ਬੈਠਾ ਮਨ ਕਿਤੇ ਤਾਂ ਕਿਤੇ ਭੱਜਿਆ ਫਿਰਦਾ ਘੜੀ ਵੀ ਨਹੀਂ ਲੱਗਦਾ ਕਿੰਨਾ ਨਿਤਨੇਮ ਹੈ ਘੰਟੇ ਦਾ ਅੱਧੇ ਘੰਟੇ ਦਾ ਦੋ ਘੰਟੇ ਦਾ ਇੰਨਾ ਮਨ ਸਤਸੰਗ ਦਾ ਕਿੰਨਾ ਸਮਾਂ ਘੰਟਾ ਦੋ ਘੰਟਾ ਸਮਾਂ ਕੱਢ ਕੇ ਵਾਹਿਗੁਰੂ ਵਾਹਿਗੁਰੂ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੈ ਸ਼ਬਦ ਵਾਹਿਗੁਰੂ ਅਟਲ ਪਿਓ ਤਰੂ ਜਾ ਕੇ ਸਿਮਰਨ ਹਰ ਨਿਰਭੈ ਪਦ ਪਾਇਆ ਤੂੰ ਪੁੱਛਦਾ ਕੀ ਮਿਲੂਗਾ ਸਿਮਰਨ ਕਰਕੇ ਮੇਰੇ ਮੂਰਖ ਮਨ ਉਹਨੇ ਨਿਰਭੈ ਪਦ ਪਾ ਲਿਆ ਦੁੱਖ ਹਰਤਾ ਇਹ ਬਿਦ ਕੋ ਸੁਆਮੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਰਨ ਪ੍ਰਤਪਾਲਕ ਤਿਲਕ ਜੰਜੂ ਦੇ ਰਾਖੇ ਕਹਿੰਦੇ ਹਨ ਦੁੱਖਾਂ ਨੂੰ ਹਰਨ ਵਾਲਾ ਹੈ ਨਾਸ ਕਰਨ ਵਾਲਾ ਦੁੱਖ ਹਰਤਾ ਇਹ ਵੇਦ ਕੋ ਸੁਆਮੀ ਤੈਂ ਕਾਹੇ ਵਿਸਰਾਇਆ ਤੂੰ ਕਿਉਂ ਭੁੱਲ ਗਿਆ ਭਾਈ ਤੂੰ ਕਿਉਂ ਵਿਸਾਰ ਦਿੱਤਾ ਉਸ ਪ੍ਰਭੂ ਨੂੰ ਦੇਖੋ ਹੋਰ ਉਦਾਹਰਨ ਦਿੰਦੇ ਨੇ ਗੁਰੂ ਜੀ ਐਗਜ਼ੈਂਪਲ ਦਿੰਦੇ ਨੇ ਜਬ ਹੀ ਸ਼ਰਨ ਗਹੀ ਕਿਰਪਾ ਨਿਤ ਗਜ ਗਰਾ ਤੇ ਛੋਟਾ ਗਜ ਇੱਕ ਹਾਥੀ ਸੀ ਹਾਥੀ ਜਾਨਵਰ ਉਹਨੇ ਸ਼ਰਨ ਲੈ ਲਈ ਪ੍ਰਭੂ ਦੀ ਉਹਨੇ ਕਿਹਾ ਰਾਮ ਤੂੰ ਤਾਂ ਇਨਸਾਨ ਹੈ ਤੈਨੂੰ ਬੁੱਧੀ ਦਿੱਤੀ ਹੈ ਦਿਮਾਗ ਦਿੱਤਾ ਹੈ ਪਰਮਾਤਮਾ ਨੇ ਤੂੰ ਇੰਨਾ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ
ਅਕਲ ਲਤੀਫ ਮੈਂ ਬਹੁਤ ਪੜ੍ਹਿਆ ਲਿਖਿਆ ਬੜਾ ਸਿਆਣਾ ਤੇਰੇ ਨਾਲ ਤੋਂ ਹਾਥੀ ਚੰਗਾ ਜਾਨਵਰ ਚੰਗਾ ਉਹਨੇ ਵਿਸ਼ਵਾਸ ਕਰ ਲਿਆ ਜਬ ਹੀ ਸ਼ਰਨ ਗਹੀ ਕਿਰਪਾਨ ਗਜ ਗਰਾਹ ਤੇ ਛੂਟਾ ਮਹਿਮਾਨ ਨਾਮ ਕਹਲੋ ਬਰਨੋ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਕਿੰਨੀ ਕੁ ਮਹਿਮਾ ਕਰੀਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਰਮਾਉਂਦੇ ਨੇ ਮਹਿਮਾ ਨਾਮ ਕਹਲੋ ਬਰਨੋ ਰਾਮ ਕਹਿਤ ਬੰਧਨ ਤੇ ਤੋਟਾ ਰਾਮ ਕਹਿਤ ਬੰਧਨ ਤੇ ਤੋਟਾ ਬੰਧਨ ਤੇ ਰਾਮ ਕਹਿਤ ਮਹਿਮਾ ਨਾਮ ਕਹਲੋ ਬਰਨਾ ਮਹਿਮਾ ਨਾਮ ਕਹਲੋ ਬਰਨਾ ਰਾਮ ਕਹਿਤ ਬੰਧਨ ਤੇ ਤੋਟਾ ਰਾਮ ਕਹਿਤ ਇੱਕ ਵਾਰੀ ਰਾਮ ਕਿਹਾ ਇਹ ਪੁੱਛਦੇ ਵੀ ਇੱਕ ਵਾਰੀ ਵਾਹਿਗੁਰੂ ਕਹਿਣ ਦੇ ਨਾਲ ਕੀ ਮੇਰਾ ਭਲਾ ਹੋ ਜਾਵੇ ਇੱਕ ਵਾਰੀ ਕਿਹਾ ਤੂੰ ਅੰਦਰੋਂ ਕਹਿੰਦਾ ਹੀ ਨਹੀਂ ਹੈ ਤੂੰ ਦਿਲੋਂ ਕਹਿੰਦਾ ਹੀ ਨਹੀਂ ਹੈ ਭਾਈ ਰਾਮ ਕਹਿਤ ਬੰਧਨ ਤੇ ਟੂਟਾ ਰਾਮ ਕਹਿਤ ਬੰਧਨ ਤੇ ਟੂਟਾ ਕਹਿਤ ਬੰਧਨ ਤੇ ਟੂਟਾ ਕਹਿਤ ਟੂਟਾ ਫਿਰ ਉਦਾਹਰਨ ਦਿੰਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਜਾ ਮਲ ਪਾਪੀ ਜਗ ਜਾਣੇ ਸਾਰਾ ਜਗਤ ਜਾਣਦਾ ਕਜਾ ਮਲ ਪਾਪੀ ਹੋ ਗਿਆ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਇੱਕ ਨਿਮਖ ਇੱਕ ਅੱਖ ਝੰਕਣ ਦਾ ਸਮਾਂ ਇੰਨੇ ਸਮੇਂ ਦੇ ਵਿੱਚ ਭਲਾ ਕਰ ਦਿੱਤਾ ਰੱਬ ਦੇ ਨਾਂ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨੇ ਨੌਵੇਂ ਗੁਰੂ ਨਾਨਕ ਜੀ ਕਹਿੰਦੇ ਨੇ ਤੂੰ ਵੀ ਪਰਮਾਤਮਾ ਦਾ ਚਿੰਤਨ ਕਰ ਲੈ ਪਰਮਾਤਮਾ ਦਾ ਨਾਮ ਜਪ ਲੈ ਤੈਂ ਵੀ ਉਤਰੇ ਪਾਰਾ ਤੈਂ ਵੀ ਉਤਰੇ ਪਾਰਾ ਤੈਂ ਵੀ ਉਤਰੇ ਪਾਰਾ ਤੈਂ ਵੀ ਉਤਰੇ ਪਾਰਾ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਸਿਮਰਤ ਗਨ ਕਾਸੀ ਉਦਰੀ ਜੇ ਸਿਮਰਤ ਗਨ ਕਾਸੀ ਉਦਰੀ ਤਾ ਕੋ ਜਸ ਉਰ ਥਾਰੋ ਤਾ ਕੋ ਜਸ ਉਰ ਪ੍ਰਭੂ ਦੇ ਜਸ ਨੂੰ ਔਰ ਹਿਰਦੇ ਨੂੰ ਕਹਿੰਦੇ ਨੇ ਆਪਣੇ ਹਿਰਦੇ ਚ ਵਸਾ ਲੈ ਆਪਣੇ ਮਨ ਚ ਵਸਾ ਲੈ ਹਿਰਦੇ ਚ ਵਸੀ ਹੋਈ ਜਿਹੜੀ ਚੀਜ਼ ਵਸ ਗਈ ਫਿਰ ਨਿਕਲਦੀ ਨਹੀਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੂੰ ਪ੍ਰਭੂ ਦੇ ਨਾਮ ਨੂੰ ਪ੍ਰਭੂ ਦੇ ਜਸ ਨੂੰ ਪ੍ਰਭੂ ਨੂੰ ਗੁਰੂ ਦੀ ਬਾਣੀ ਨੂੰ ਗੁਰੂ ਦੇ ਉਪਦੇਸ਼ ਨੂੰ ਹਿਰਦੇ ਚ ਵਸਾ ਲੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹਦੇ ਲਈ ਇਹ ਜਿਹੜਾ ਸਤਸੰਗ ਮੰਡਲ ਹੈ ਇਹਦੇ ਨਾਲ ਵਧੀਆ ਸਮਾਂ ਨਹੀਂ ਹੋਰ ਮਿਲਣਾ ਵਾਹਿਗੁਰੂ ਪ੍ਰਭੂ ਦੇ ਨਾਮ ਨੂੰ ਹਿਰਦੇ ਚ ਵਸਾਉਣ ਦੇ ਲਈ ਵਾਹਿਗੁਰੂ 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 ਸਾਰੇ ਜਪੋ ਭਾਈ ਸਾਰੇ ਬੋਲੋ ਵਾਹਿਗੁਰੂ 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 ਵਾਹਿਗੁਰੂ
ਸੋ ਰਾਮ ਜਪੋ ਜੀ ਐਸੇ ਐਸੇ ਗੁਰੂ ਮਹਾਰਾਜ ਜੀ ਕਹਿੰਦੇ ਭਾਈ ਇਸ ਤਰ੍ਹਾਂ ਪਰਮਾਤਮਾ ਨੂੰ ਤੂੰ ਇੰਨੀ ਸ਼ਰਧਾ ਨਾਲ ਜਾਪ ਰਾਮ ਜਪੋ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਓ ਹਰ ਜੈਸੇ ਮਨ ਕੀ ਹੈ ਮਾਨੇ ਫੁਰ ਨਹੀਂ ਵਿਚਾਰ ਸਰਵਣ ਕਰਦੇ ਐਤਵਾਰ ਸਰਵਣ ਕੀਤਾ ਮਨ ਇਹੀ ਮਨ ਮੈਲਾ ਹੋ ਗਿਆ ਹੈ ਜਿਵੇਂ ਸ਼ੀਸ਼ਾ ਮੈਲਾ ਹੋ ਜਾਵੇ ਉਹਦੇ ਵਿੱਚ ਕੁਛ ਦਿਖਦਾ ਨਹੀਂ ਬੋਲੋ ਸਤਿਗੁਰੂ ਜਦੋਂ ਸ਼ੀਸ਼ਾ ਸਾਫ਼ ਹੋ ਗਿਆ ਉਹਦੇ ਵਿੱਚ ਫਿਰ ਆਪਣਾ ਚਿਹਰਾ ਦਿਖਣ ਲੱਗ ਜਾਂਦਾ ਹੈ ਜਦੋਂ ਪਾਣੀ ਗੰਧਲਾ ਹੋ ਜਾਂਦਾ ਹੈ ਨਾ ਤਾਂ ਉਹ ਪੀਣ ਯੋਗ ਹੁੰਦਾ ਹੈ ਨਾ ਉਹਦੇ ਵਿੱਚ ਫਿਰ ਦਿਖਦਾ ਹੈ ਨਾ ਉਹਦੇ ਵਿੱਚ ਕੁਛ ਨਜ਼ਰ ਨਹੀਂ ਆਉਂਦਾ ਜਦੋਂ ਉਹੀ ਮਨ ਕੁੰਗੂ ਵਾਂਗੂ ਸਾਫ਼ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਆਪਣਾ ਸਰੂਪ ਨਜ਼ਰ ਆ ਜਾਂਦਾ ਹੈ ਮਨ ਇੱਕ ਸ਼ੀਸ਼ਾ ਹੈ ਭਾਈ ਜੋਗੀ ਜਨ ਗੁਰੂ ਜੀ ਨੂੰ ਸਵਾਲ ਕਰਦੇ ਨੇ ਕਿ ਇਹ ਮਨ ਰੂਪੀ ਜਿਹੜਾ ਹਾਥੀ ਹੈ ਹਾਥੀ ਵੱਡਾ ਜਾਨਵਰ ਹੁੰਦਾ ਮਨ ਇੱਕ ਫੁਰਨਾ ਹੈ ਪਰੰਤੂ ਇਹਨੇ ਵੱਡਾ ਰੂਪ ਕਿਵੇਂ ਧਾਰਨ ਕਰ ਲਿਆ ਕਿਉਂਕਿ ਮਨ ਦੀਆਂ ਆਸਾਂ ਬਹੁਤ ਹੋ ਗਈਆਂ ਭਾਈ ਮਨ ਵੱਡਾ ਬਣ ਗਿਆ ਇਹਦੀਆਂ ਵਾਸ਼ਨਾਵਾਂ ਬਹੁਤ ਹੋ ਗਈਆਂ ਇਹ ਮਨ ਮੈਗਲ ਮੈਗਲ ਹਾਥੀ ਨੂੰ ਕਹਿੰਦੇ ਨੇ ਨਾਗ ਵੀ ਹਾਥੀ ਨੂੰ ਕਹਿੰਦੇ ਨੇ ਗਜ ਵੀ ਹਾਥੀ ਨੂੰ ਕਹਿੰਦੇ ਨੇ ਬਹੁਤ ਸਾਰੇ ਨਾਮ ਇਹ ਮਨ ਮੈਗਲ ਕਹਾ ਵਸੀਏ ਰਹਿੰਦਾ ਕਿੱਥੇ ਬੋਲੋ ਸਤ ਕਹਾਂ ਵਸਾਏ ਹੋ ਪਵਨਾ ਕਹਾਂ ਵਸੈ ਸੋ ਸ਼ਬਦ ਔਦੂ ਤਾ ਕੋ ਚੁੱਕੇ ਮਨ ਕਾ ਭਵਨਾ ਹੇ ਔਦੂ ਹੇ ਅਵਧੂਤ ਜੋਗੀ ਹੇ ਗੁਰੂ ਨਾਨਕ ਹੇ ਰੱਬ ਦੇ ਵਿੱਚ ਮਸਤ ਇਹ ਮਨ ਮੈਂ ਗੱਲ ਕਹਾਂ ਵਸਿਆ ਲੈ ਰਹਿੰਦਾ ਕਿੱਥੇ ਹੈ ਮੈਗਲ ਹੱਥ ਇਹ ਮਨ ਜੋ ਸੂਖਸ਼ਮ ਹੋ ਜਾਂਦਾ ਪਹਿਲਾਂ ਹਾਥੀ ਦੀ ਨਹੀਂ ਜਿਵੇਂ ਭਗਵਾਨ ਈਸ਼ਾ ਜੀ ਨੇ ਕਿਹਾ ਕਿ ਜਿਹੜਾ ਬੰਦਾ ਹੰਕਾਰੀ ਹੈ ਆਪਣੇ ਆਪ ਨੂੰ ਬਹੁਤ ਅਮੀਰ ਸਮਝਦਾ ਹੈ ਉਹ ਮੁਕਤ ਨਹੀਂ ਹੋ ਸਕਦਾ ਉਦਾਹਰਣ ਦਿੱਤੀ ਹੈ ਕਿ ਇੱਕ ਊਠ ਸੂਈ ਦੇ ਨੱਕੇ ਦੇ ਵਿੱਚੋਂ ਨਿਕਲ ਸਕਦਾ ਹੈ ਪਰੰਤੂ ਜਿਹੜਾ ਬੰਦਾ ਜਿਸ ਨੂੰ ਹੰਕਾਰ ਹੈ ਉਹ ਮੁਕਤ ਨਹੀਂ ਹੋ ਸਕਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਸੇ ਤਰ੍ਹਾਂ ਇਹ ਉਦਾਹਰਨ ਕਬੀਰ ਜੀ ਵੀ ਕਹਿੰਦੇ ਨੇ ਕਿ ਮਨ ਜਿਹੜਾ ਹੈ ਇਹ ਹਾਥੀ ਦੀ ਨਹੀਂ ਹੈ ਮਨ ਦਾ ਵਿਸਥਾਰ ਵੱਡਾ ਆਸਾਂ ਬਹੁਤ ਵੱਡੀਆਂ ਵੱਡੀਆਂ ਵਾਸ਼ਨਾਵਾਂ ਵੱਡੀਆਂ ਵੱਡੀਆਂ ਮੈਂ ਕਰਨਾ ਮੈਂ ਉਹ ਕਰਨਾ ਇਹ ਕਿਸੇ ਨੇ ਕਿਵੇਂ ਪਰਮਾਤਮਾ ਨੂੰ ਮਿਲਣਾ ਪਰਮਾਤਮਾ ਦਾ ਨਾਮ ਜਪਣਾ ਇਹਦੀਆਂ ਇੱਛਾਵਾਂ ਬਹੁਤ ਵੱਧ ਗਈਆਂ ਮਨ ਦੇ ਵਿੱਚ ਬਹੁਤ ਇੱਕ ਜਮਘਟਾ ਲੱਗਿਆ ਹੋਇਆ ਅੰਤਸ਼ਕਰਨ ਦੇ ਵਿੱਚ ਮਨ ਦੇ ਇਸ ਰੂਪ ਨੇ ਪਾਈ ਜਿਸ ਨੂੰ ਮਨ ਬੁੱਧ ਚਿੱਤ ਅਹੰਕਾਰ ਅੰਤਸ਼ਕਰਨ ਹਿਰਦਾ ਕਬੀਰ ਮੁਕਤ ਦੁਆਰਾ ਸੰਕਰਾ ਰਾਈ ਦਸ ਭਾਈ ਜਿਹੜਾ ਮੁਕਤੀ ਦਾ ਦਰਵਾਜ਼ਾ ਸੰਕਰਾ ਬੜਾ ਭੀੜਾ ਹੈ
मन तो मैगल होए रहा निकसिया क्यों कर जाए। जड़ा मन है मैगल हाथी वर्गा होया है, हाथी हुण सुई दे नक्के जो कि मैं निकल सकता है। कबीर मुक्त द्वारा संकरा राई दा समय पाए। एक राई दा दाना, पता ना राई दा दाना किन्ना खांदा, सरों दा दाना, राई दा दाना, ओदे नालों भी दसवां हिस्सा वरीक है। बोलो सतनाम श्री दसवां हिस्सा वरीक। मुक्त द्वारा संकरा राई दसवें भाए। सरती कि में नहीं टिक रही, एक मन तो मैंगल होए रहा निकसे क्यों कर जाए। कि में निकले आ जा सकता वन ईशा जी कहने हाथी जड़ा ऊठ है कै मलूठ ओ सूई दे नक्के दे विच निकल सकदा, परंतु हंकारी पुरुष जिसनू मान है पैसे दा धन दौलत दा ओ प्रभु दे दर नहीं पड़ सकदा। बोलो सतनाम श्री वाहिगुरु। इस करके कबीर जी महाराज कहंदे ने भाई को सोच विचार तेरियां आसावां इन्नियां वासनावां इच्छावां परने संगत विच भी नहीं टिकदे, सिमरन वेले घड़ी मन सूक्ष्म हुंदा ही नहीं, सुरती लगदी नहीं। मुक्ति दा द्वारा बड़ा पीड़ा है ओ पार के में लंगेगा मन। मुक्ति दा द्वारा बड़ा पीड़ा है पार के में लंगे पार के में नंगे गामना।
ਕਬੀਰ ਜੀ ਮਹਾਰਾਜ ਫਰਮਾਉਂਦੇ ਹਨ, ਕਬੀਰ ਮੁਕਤ ਦੁਆਰਾ ਸੰਕਰਾ ਰਾਈ ਦਸੇ ਪਾਏ, ਮਿਸੂਈ ਦੀ ਨੋਕ ਹੁੰਦੀ ਹੈ ਦਸਮ ਦੁਆਰ ਦੇ ਵਿੱਚ ਸੁਰਤੀ ਨੂੰ ਜਦੋਂ ਟਿਕਾਉਂਦੇ ਹਾਂ ਭਾਈ, ਬਿਰਤੀ ਇੰਨੀ ਸੂਖਮ ਹੋ ਜਾਂਦੀ ਹੈ। ਮਨ ਜਿਹੜਾ ਹੈ ਨਾ, ਇਹ ਹਾਥੀ ਵਰਗਾ ਹੋਇਆ ਹੋਇਆ, ਇਹਦੀਆਂ ਬਹੁਤ ਫੈਲਾਅ ਹੈ, ਬਹੁਤ ਵਾਸ਼ਨਾਵਾਂ ਨੇ, ਇਛਾਵਾਂ ਨੇ, ਉੱਧਰ ਨੂੰ ਭੱਜ ਲੈਂਦਾ, ਕਦੇ ਉੱਧਰ ਨੂੰ ਭੱਜ ਲੈਂਦਾ, ਦੌੜਿਆ ਹੀ ਫਿਰਦਾ ਹੈ। ਕਬੂ ਜੀੜਾ ਉਬ ਚੜ੍ਹਦਾ ਹੈ, ਕਬੂ ਜਾਏ ਪਿਆਲੇ, ਲੋਭੀ ਜੀਰਾ ਤਿਰਨਾ ਰਹਿਤਾ ਚਾਰੇ ਕੁੰਟਾਂ ਭਾਲੇ। ਪਰੰਤੂ ਜਦੋਂ ਸੁਰਤੀ ਨੂੰ ਟਿਕਾਉਣਾ ਹੈ, ਨਾਮ ਅਭਿਆਸੀ ਸੁਰਤੀ ਨੂੰ ਟਿਕਾਉਂਦਾ ਹੈ, ਇਸ ਤਰ੍ਹਾਂ ਟਿਕਾਉਂਦਾ, ਸਹਿਜੇ 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 ਜਪਦਾ ਜਪਦਾ ਵੈਖਰੀ ਮਦਮਾ ਪਸੰਤੀ ਬਾਣੀ ਦੇ ਵਿੱਚ, ਪਰਾ ਬਾਣੀ ਦੇ ਸੂਖਸ਼ਮ ਤੋਂ ਸੂਖਸ਼ਮ ਸੁਰਤੀ ਵਿਰਤੀ ਨੂੰ ਟਿਕਾਉਂਦਾ ਹੋਇਆ ਤ੍ਰਿਕੁਟੀ ਦੇ ਵਿੱਚ ਕਹਿੰਦੇ ਇੰਨਾ ਕੁ ਹੈ ਉਹ ਜਿਵੇਂ ਸੂਈ ਦੀ ਨੋਕ ਤੋਂ ਵੀ ਬਰੀ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸੂਖਮ ਹੋ ਜਾਂਦਾ ਹੈ ਮਨ, ਸੁਰਤੀ ਵਿਰਤੀ ਸਿਮਰਨ ਕਰਦੇ ਕਰਦੇ ਪਹਿਲਾਂ ਮਨ ਨੇ ਸਾਫ ਹੋਣਾ ਭਾਈ, ਨਾਮ ਜਪਦੇ ਜਪਦੇ ਮਨ ਨੇ ਸਾਫ ਹੋਣਾ, ਸੁਰਤੀ ਨੇ ਸੂਖਮ ਹੋਣਾ ਹੈ। ਸੋ ਕਬੀਰ ਜੀ ਕਹਿੰਦੇ ਨੇ ਮੁਕਤੀ ਦਾ ਦਰਵਾਜ਼ਾ ਭੀੜਾ, ਮੁਕਤ ਦੁਆਰਾ ਸਤਿਕਾਰਾ ਰਾਈ ਦੱਸਦੇ ਮਨ ਤੋਂ ਮੈਂ ਗਲੋ ਹੋਏ ਰਹੋ। ਮਨ ਜਿਹੜਾ ਹਾਥੀ ਵਾਂਗੂ ਹੋਇਆ ਹੈ ਤੇਰਾ ਵੱਡਾ, ਨਿਕਸੈ ਕਿਉਂ ਕਰ ਜਾਏ, ਕਿਵੇਂ ਨਿਕਲਿਆ ਜਾ ਸਕਦਾ ਹਾਥੀ, ਕਿਵੇਂ ਨਿਕਲ ਜੂਗਾ ਆਪਣਾ ਰਾਈ ਦੇ ਦਸਵੇਂ ਹਿੱਸੇ ਦੇ ਵਿੱਚੋਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਫਿਰ ਢੰਗ ਦੱਸਦੇ ਨੇ ਵਾਹਿਗੁਰੂ 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 ਵਾਹਿਗੁਰੂ। ਐਸਾ ਸਤਿਗੁਰ ਜੇ ਮਿਲੈ ਤੁੱਠਾ ਕਰੇ ਪਸਾਓ, ਪੂਰਾ ਗੁਰੂ ਮਿਲ ਜਾਵੇ, ਸੱਚਾ ਸਤਿਗੁਰੂ ਮਿਲ ਜਾਵੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਤੁੱਠਾ ਕਰੇ ਪਸਾਓ, ਖੁਸ਼ ਹੋ ਜਾਵੇ, ਪ੍ਰਸੰਨ ਹੋ ਜਾਵੇ, ਕਿਰਪਾ ਹੋ ਜਾਵੇ। ਕਿੰਨਿਆਂ ਤੇ ਕਿਰਪਾ ਹੋਈ ਆ ਭਾਈ ਗੁਰੂ ਦੀ, ਕਿੰਨੇ ਭਗਤ ਹੋਏ ਨੇ, ਕਿੰਨੇ ਗੁਰਮੁਖ ਹੋ ਗਏ, ਕਿੰਨੇ ਬ੍ਰਹਮ ਗਿਆਨੀ ਹੋ ਗਏ। ਐਸਾ ਸਤਿਗੁਰ ਜੇ ਮਿਲੇ, ਮੈਨੂੰ ਇਹੋ ਜਿਹਾ ਗੁਰੂ ਮਿਲੇ, ਸੱਚਾ ਗੁਰੂ ਮਿਲ ਜਾਵੇ, ਤੁੱਠਾ ਕਰੇ ਪਸਾਓ, ਕਿਰਪਾ ਕਰ ਦੇਵੇ, ਪ੍ਰਸੰਨ ਹੋ ਜਾਵੇ। ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ, ਮੁਕਤ ਦੁਆਰਾ ਮੋਕਲਾ ਉਹਨੂੰ ਖੋਲ ਦਿੰਦੇ ਨੇ, ਉਸ ਮੁਕਤੀ ਦੇ ਰਸਤੇ ਨੂੰ ਖੋਲ ਦਿੰਦਾ ਗੁਰੂ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਭਾਵੇਂ ਜਲ ਸੰਸਾਰ ਸਮੁੰਦਰ ਨੂੰ ਤਰਨਾ ਕਹਿੰਦੇ ਇੰਨਾ ਔਖਾ ਹੈ, ਤੇ ਜੇ ਗੁਰੂ ਦੀ ਕਿਰਪਾ ਹੋ ਜਾਵੇ ਫਿਰ ਇਸ ਤਰ੍ਹਾਂ ਤਰ ਜਾਂਦਾ ਹੈ ਜਿਵੇਂ ਇੱਕ ਗਊ ਦੀ ਪੈੜ ਕਿੰਨੀ ਕੁ ਹੁੰਦੀ ਹੈ, ਇੰਨੀ ਕੁ ਜਗ੍ਹਾ ਪਾਣੀ ਭਰਿਆ ਹੋਵੇ ਨਾ, ਸਹਿਜੇ ਬੰਦਾ ਟੱਪ ਜਾਂਦਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕਰਾਮਾਤ ਕੌਣ ਕਰਦਾ ਹੈ, ਇਹ ਚਮਤਕਾਰ ਕੌਣ ਕਰਦਾ, ਇਹ ਪੂਰਾ ਗੁਰੂ ਕਰਦਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਐਸਾ ਸਤਿਗੁਰ ਜੇ ਮਿਲੈ ਤੁੱਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ ਸਹਿਜ ਆਵੋ ਜਾਓ, ਫਿਰ ਸੁੱਖ ਹੀ ਆ ਜਾ ਸਕੀ ਤੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਨਾਨਕ ਮੁਕਤ ਦੁਆਰਾ ਯਤਨੀ ਕਾ ਨਾਨ ਹੋਏ ਸੁਜਾਏ, ਹਉ ਮੈਂ ਮਨ ਅਸਥੂਲ ਹੈ ਕਿਉਂ ਕਰ ਵਿੱਚ ਦੇ ਜਾਏ। ਮਨ ਮੋਟਾ ਹੋ ਗਿਆ, ਸਥੂਲ ਹੋ ਗਿਆ, ਸਤਿਗੁਰ ਮਿਲਿਆ ਹਉ ਮੈਂ ਗਈ ਜੋਤ ਰਹੀ ਸਭ ਆਏ, ਇਹੋ ਜੀ ਉਹ ਸਦਾ ਮੁਕਤ ਹੈ ਸਹਿਜੇ ਰਹਿਆ ਸਮਾਏ, ਗੁਰੂ ਕਿਰਪਾ ਕਰਦਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਬੀਰ ਹਰ ਹੈ ਖੰਡ ਰੇਤ ਮੈਂ ਵਿਖਰੀ ਹਾਥੀ ਚੁਣੀ ਨਾ ਜਾਏ, ਜੇ ਕਿਤੇ ਖੰਡ ਜਿਹੜੀ ਹੈ ਨਾ ਚੀਨੀ ਹੈ, ਖੰਡ ਹੈ ਚੁਗਰ ਹੈ, ਉਹ ਰੇਤੇ ਵਿੱਚ ਵਿਖਰ ਜਾਵੇ ਉਹਨੂੰ ਹਾਥੀ ਚੁਗ ਨਹੀਂ ਸਕਦਾ, ਵਿੱਚੋਂ ਨਹੀਂ ਕੱਢ ਸਕਦਾ ਹੈ।
ਪਰਮਾਤਮਾ ਦਾ ਰਸਤਾ ਕਿਵੇਂ ਪਾਉਣਾ ਹੈ, ਪਰਮਾਤਮਾ ਦੇ ਦਰ ਕਿਵੇਂ ਪੜਨਾ ਹੈ, ਵਿਰਤੀ ਨੇ ਸੂਖਮ ਕਿਵੇਂ ਹੋਣਾ ਹੈ, ਮਨ ਨੇ ਨਿਰਮਲ ਕਿਵੇਂ ਹੋਣਾ ਹੈ, ਸੁਰਤੀ ਨੇ ਕਿਵੇਂ ਲੱਗਣਾ ਹੈ, ਇਹ ਉਦਾਹਰਣਾਂ ਦਿੰਦੇ ਨੇ ਭਗਤ ਲੋਕ ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ, ਜਿਹੜੇ ਰੱਬ ਨਾਲ ਇੱਕਮਿੱਕ ਹੋ ਗਏ। ਕਬੀਰ ਤੂੰ ਤੂੰ ਕਰਤਾ ਹੁਆ, ਕਬੀਰ ਹਰ ਹੈ ਖੰਡ ਰੇਤ ਮੈਂ ਵਿਖਰੀ, ਹਾਥੀ ਚੁਣੀ ਨਾ ਜਾਏ। ਹਾਥੀ ਨੀ ਚੁਣ ਸਕਦਾ, ਜੇ ਜਿਹੜੀ ਖੰਡ ਹੈ ਰੇਤ ਦੇ ਵਿੱਚ ਵਿਖਰ ਜਾਵੇ। ਹਰ ਹੈ ਖੰਡ ਰੇਤ ਮੈਂ ਵਿਖਰੀ, ਹਾਥੀ ਚੁਣੀ ਨਾ ਜਾਏ। ਕਹਿ ਕਬੀਰ ਗੁਰ ਭਰੀ ਬੁਝਾਈ, ਕੀਟੀ ਹੋਏ ਕਹਿ ਖਾਏ। ਗੁਰੂ ਨੇ ਇਹੋ ਜਿਹੀ ਕਿਰਪਾ ਕੀਤੀ, ਇੱਕ ਢੰਗ ਦੱਸਿਆ, ਹਾਥੀ ਨਹੀਂ ਚੁਣ ਸਕਦਾ, ਪਰੰਤੂ ਕੀੜੀ ਜਿਹੜੀ ਹੈ, ਕੀੜੀ ਉਹ ਜਿਹੜੀ ਹੈ ਸਹਿਜੇ ਹੀ ਰੇਤ ਵਿੱਚ ਜਿਹੜੀ ਹੈ ਖਿੰਡੀ ਹੋਈ ਚੀਨੀ ਨੂੰ, ਖੰਡ ਨੂੰ ਖਾ ਸਕਦੀ ਹੈ। ਬੋਲੋ ਸਤਿਗੁਰੂ। ਇਸ ਤਰ੍ਹਾਂ ਜਿੰਨਾ ਚਿਰ ਸਾਡਾ ਮਨ ਭਾਈ ਹਾਥੀ ਦੀ ਨਿਆਈ ਹੈ, ਹੰਕਾਰੀ ਹੋਇਆ ਹੈ, ਹਉਮੈ ਕਰਕੇ ਮੋਟਾ ਹੋਇਆ ਹੋਇਆ ਹੈ, ਰੱਬ ਦੇ ਸਵਾਦ ਨਹੀਂ ਆਉਣਾ। ਬੋਲੋ ਸਤਿਗੁਰੂ। ਜਦੋਂ ਨਿਮਰਤਾ ਧਾਰਨ ਆ ਗਈ, ਕੀੜੀ ਬਣ ਗਿਆ। ਵਾਹਿਗੁਰੂ ਵਾਹਿਗੁਰੂ ਗੁਰੂ। ਇਹ ਸਿਮਰਨ ਨੇ ਕਰਨਾ ਭਾਈ, ਇਹ ਗੁਰੂ ਨੇ ਕਿਰਪਾ ਕਰਨੀ ਹੈ। ਕਹੋ ਕਬੀਰ ਗੁਰੂ ਭਲੀ ਬੁਝਾਈ, ਗੁਰੂ ਨੇ ਸਮਝਾਇਆ ਭਾਈ ਹਾਥੀ ਵਾਂਗੂ ਜਿਹੜਾ ਉਹ ਚੁਣੀ ਨਹੀਂ ਜਾਣੀ ਹੈਗੀ, ਇਕੱਠੀ ਨਹੀਂ ਹੋਣੀ ਚੀਨੀ। ਕੀਟੀ ਹੋਏ ਕੈ ਖਾਏ, ਕੀੜੀ ਹੋ ਕੇ ਨਾ ਜਿਹੜਾ ਹੈ ਫਿਰ ਉਹ ਚੁਣੀ ਜਾਵੇਗੀ। ਹਰ ਪਿਓ ਖੰਡ ਰੇਤ ਮੈਂ ਵਿਖਰਿਓ, ਹਸਤੀ ਚੁਣਿਓ ਨਾ ਜਾਈ। ਕਹਿ ਕਬੀਰ ਗੁਲ ਜਾਤ ਪਾਤ, ਤਜ ਚੀਟੀ ਹੋਏ ਚੁਣ ਖਾਈ। ਮੋਟਾ ਹਾਥੀ ਮਨ ਦਾ ਕੀ ਹੋਣਾ, ਮੈਂ ਫਲਾਣਾ ਵੱਡਾ, ਮੇਰੀ ਬੜੀ ਵੱਡੀ ਜਾਤ, ਮੈਂ ਵੱਡਾ ਅਮੀਰ, ਮੈਂ ਬੜਿਆ ਪੜਿਆ ਲਿਖਿਆ, ਮੈਂ ਬੜਾ। ਇਹ ਹਾਥੀ ਹੋਇਆ ਮਨ। ਬੋਲੋ ਕਹਿ ਕਬੀਰ ਕੁਲ ਜਾਤ ਪਾਤ, ਤਜ ਨਹੀਂ ਮੈਂ ਕੁਛ ਨਹੀਂ, ਮੈਂ ਕੁਛ ਨਹੀਂ, ਹੇ ਪ੍ਰਭੂ ਮੈਂ ਤੇਰੇ ਦਾਸਾਂ ਦਾ ਵੀ ਦਾਸਾਂ ਦਾ ਦਾਸ ਹਾਂ। ਇਹ ਨਿਮਰਤਾ, ਇਹ ਕੀੜੀ ਹੋਣਾ, ਇਹ ਨਿਮਰਤਾ, ਗਰੀਬੀ ਧਾਰਨ ਕਰਨੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੀਟੀ ਹੋਏ ਚੁਣ ਖਾਈ, ਕੀੜੀ ਹੋ ਕੇ ਜਿਹੜੀ ਖਾਧੀ ਜਾਣੀ ਉਹ ਤਾਂ ਜਿਹੜੀ ਖੰਡ। ਵਾਹਿਗੁਰੂ ਗੁਰੂ ਵਾਹਿਗੁਰੂ 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 ਸਾਰੇ ਜਪੋ ਭਾਈ, ਗੁਰਾਂ ਦਾ ਦੀਦਾਰ ਕਰੋ, ਪਰਮਾਤਮਾ ਦਾ ਸਿਮਰਨ ਕਰੋ। ਗੁਰੂ ਜੀ ਨੂੰ ਪ੍ਰਸ਼ਨ ਕੀਤਾ ਹੈ, ਸਿੱਧਾਂ ਨੇ ਯੋਗੀਆਂ ਨੇ, ਇਹ ਮਨ ਮੈਗਲ ਕਹਾਂ ਬਸੀਏ, ਕਿੱਥੇ ਰਹਿੰਦਾ ਇਹ ਮਨ ਰੂਪੀ ਹਾਥੀ, ਕਹਾਂ ਬਸਾ ਹੈ ਪਵਨ, ਇਹ ਜਿਹੜੇ ਪ੍ਰਾਣ ਪਵਨ, ਇਹ ਮਸਤ ਹਾਥੀ ਵਰਗਾ ਜਿਹੜਾ ਮਨ ਹੈ,
ਕਿੱਥੇ ਵਸਦਾ, ਇਹ ਪ੍ਰਾਣ ਕਿੱਥੇ ਵਸਦੇ ਨੇ। ਕਹਾਂ ਬਸੈ ਸੋ ਸ਼ਬਦ ਆਉਂਦੂ, ਤੇ ਉਹ ਸ਼ਬਦ ਕਿੱਥੇ ਵਸਦਾ, ਉਹ ਬ੍ਰਹਮ ਕਿੱਥੇ ਵਸਦਾ ਹੈ। ਤਾ ਕੋ ਚੁੱਕੇ ਮਨ ਕਾ ਪਵਨਾ, ਜਿਹਦੇ ਨਾਲ ਮਨ ਦੀ ਭਟਕਣਾ ਮਿਟ ਜਾਵੇ, ਉਹ ਸ਼ਬਦ ਕਿੱਥੇ ਹੈ, ਉਹ ਬ੍ਰਹਮ ਕਿੱਥੇ ਵਸਦਾ ਹੈ, ਉਹ ਮਨ ਕਿੱਥੇ ਰਹਿੰਦਾ ਹੈ, ਇਹ ਪ੍ਰਾਣ ਕਿੱਥੇ ਰਹਿੰਦੇ ਹਨ। ਨਦਰ ਕਰੇ ਤਾਂ ਸਤਿਗੁਰ ਮਿਲੇ, ਜੇ ਗੁਰੂ ਦੀ ਕਿਰਪਾ ਹੋ ਜਾਵੇ, ਪਰਮੇਸ਼ਰ ਦੀ ਕਿਰਪਾ ਹੋ ਜਾਵੇ, ਅਕਾਲ ਪੁਰਖ ਦੀ ਕਿਰਪਾ ਹੋ ਜਾਵੇ, ਤਾਂ ਤੇ ਗੁਰੂ ਦਾ ਮਿਲਾਪ ਹੋ ਜਾਵੇ। ਬੋਲੋ ਸਤਿਨਾਮ। ਗੁਰੂ ਜੀ ਕਹਿੰਦੇ ਨੇ, ਹੇ ਜੋਗੀ ਜੀ ਨੂੰ ਕਹਾਂ ਬਸਾ ਸੋ ਸਭ ਦਿਓਧੂ, ਤਾ ਕੋ ਚੁੱਕੇ ਮਨ ਕਾ ਭਵਨਾ, ਜਿਹਦੇ ਨਾਲ ਮਨ ਦਾ ਭਾਉਣਾ ਭਟਕਣਾ ਭਰਮਣਾ ਹੀ ਮੁੱਕ ਜਾਵੇ। ਨਦਰ ਕਰੇ ਤਾਂ ਸਤਿਗੁਰ ਮੇਲੇ, ਜਦੋਂ ਕਿਰਪਾ ਹੁੰਦੀ ਹੈ ਪੂਰੇ ਗੁਰੂ ਦਾ ਮਿਲਾਪ ਹੁੰਦਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਹ ਜੀਵ ਗੁਰੂ ਦਾ ਬਣਦਾ, ਗੁਰੂ ਦੀ ਸ਼ਰਨ ਵਿੱਚ ਆ ਜਾਂਦਾ, ਗੁਰੂ ਤੇ ਵਿਸ਼ਵਾਸ ਕਰ ਲੈਂਦਾ। ਨਦਰ ਕਰੇ ਤਾਂ ਸਤਿਗੁਰ ਮੇਲੇ। ਸਤਿਗੁਰੂ ਐਵੇਂ ਨਹੀਂ ਮਿਲਦਾ, ਗੁਰਪੂਰਾ ਭੇਟਿਓ ਵੜਪਾਈ। ਨਦਰ ਕਰੇ ਤਾਂ ਸਤਿਗੁਰ ਮੇਲੇ, ਤਾਂ ਨਿਜ ਕਰ ਵਾਸਾ ਇਹੋ ਮਨ ਪਾਏ। ਗੁਰੂ ਜੀ ਕਹਿੰਦੇ ਨੇ, ਹੋ ਜੋਗੀ ਜਨ, ਜਦੋਂ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ ਨਾ, ਸਤਿਗੁਰੂ ਮਿਲਦਾ। ਜਿਵੇਂ ਕਬੀਰ ਜੀ ਨੇ ਕਿਹਾ, ਉਹ ਦਰਵਾਜ਼ਾ ਬੜਾ ਭੀੜ ਹੈ, ਪਰੰਤੂ ਸਤਿਗੁਰੂ ਉਹਨੂੰ ਮੋਕਲਾ ਕਰ ਦਿੰਦਾ, ਸੌਖਾ ਕਰ ਦਿੰਦਾ। ਜਿਹੜਾ ਮਾਰਗ ਇੰਨਾ ਕਠਿਨ ਹੈ ਪਰਮਾਤਮਾ ਨੂੰ ਪਾਉਣ ਦਾ, ਗੁਰੂ ਉਸ ਨੂੰ ਸੌਖਾ ਕਰ ਦਿੰਦੇ ਨੇ, ਸਾਧੂ ਲੋਕ ਉਸ ਨੂੰ ਸੌਖਾ ਕਰ ਦਿੰਦੇ ਨੇ। ਬੋਲੋ ਸਤਨਾਮ। ਨਦਰ ਕਰੇ ਤਾਂ ਸਤਿਗੁਰ ਮੇਲੇ, ਤਾਂ ਨਿਜ ਕਰ ਵਾਸਾ ਇਹ ਮਨ ਪਾ। ਇਹ ਜਿਹੜਾ ਮਨ ਹੈ ਨਾ, ਨਿਜ ਘਰ ਵਿੱਚ ਆਪਣੇ, ਜਿੱਥੇ ਦੌੜਦਾ ਫਿਰਦਾ ਹੈ, ਭੱਜਿਆ ਫਿਰਦਾ ਨਾ, ਨਿਜ ਘਰ ਵਿੱਚ ਆ ਜਾਂਦਾ, ਆਪਣੇ ਘਰ ਵਿੱਚ ਆ ਜਾਂਦਾ। ਹੁਣ ਆਪਣੇ ਘਰ ਵਿੱਚ ਨਹੀਂ ਹੈ ਮਨ ਬੜਿਆ ਹੋਇਆ। ਬੋਲੋ ਸਤਿਨਾਮ। ਕਿੱਥੇ ਫਿਰਦਾ ਹੈ ਮਨ, ਦਸਾਂ ਹੀ ਦਸਾਂ ਦੇ ਵਿੱਚ ਫਿਰਦਾ ਵਈ, ਪੰਛੀ ਵਾਲਾ ਰੂਪ ਧਾਰ ਕੇ। ਮਨ ਦਸਾਂ ਹੀ ਦਸਾਂ ਦੇ ਵਿੱਚ ਫਿਰਦਾ, ਪੰਛੀ ਵਾਲਾ ਰੂਪ ਧਾਰ ਕੇ। ਮਨ ਦਸਾਂ ਹੀ ਦਸਾਂ ਦੇ ਵਿੱਚ ਫਿਰਦਾ, ਪੰਛੀ ਵਾਲਾ ਰੂਪ ਧਾਰ ਕੇ। ਮਨ ਦਸਾਂ ਹੀ ਦਸਾਂ ਦੇ ਵਿੱਚ, ਮਨ ਦਸਾਹੀ ਦਸਾਵਾਂ ਵਿੱਚ ਫਿਰਦਾ ਵਈ, ਪੰਛੀ ਵਾਲਾ ਰੂਪ ਧਾਰ ਕੇ। ਮਨ ਦਸਾਹੀ ਦਸਾਵਾਂ ਵਿੱਚ ਫਿਰਦਾ, ਪੰਛੀ ਵਾਲਾ ਰੂਪ ਧਾਰ ਕੇ। ਕਬੀਰ ਮਨ ਪੰਖੀ ਪਇਓ, ਉਡ ਉਡਦਾ ਦਿਸ ਜਾਏ। ਕਬੀਰ ਮਨ ਪੰਖੀ ਪਇਓ, ਉਡ ਉਡਦਾ ਦਿਸ ਜਾਏ। ਜੋ
जैसी संगत मिले सोते सो फल खाए। कबीर मन पंखी भाए, कबीर जी कहते मन पंछी बनया फिरदा है, उड उड दह दिस जाए, उड उड के भटक भटक के दसां दिशावां दे विच पदार्थां दे विच वासनावां दे विच फिरदा है। दसां दिशावां दे दस दिशावां मनियां ने, दसां दिशावां दे विच फिरदा है। जो जैसी संगत मिले, जिहो जी इहनूं संगत मिल गई, जिहो जी संगत विच बैठदा उठदा है, सो तै सो फल खाए। जिवें जिहो जे विरछ दे उत्ते पंछी बैठेगा उही फल खावेगा। बोलो सतनाम श्री वाहिगुरु। जिहो जी इहनूं संगत मिल गई, जे तां मिल गई माड़ी संगत बैड कंपनी, फिर तां भाई उहदा फल फिर मन बुरा बन जाणा है। जे गुरु दी संगत मिल गई, चंगी संगत मिल गई, रब दे प्यारियां दी संगत मिल गई, संतां भगतां दी संगत मिल गई, गुरमुखां दी संगत मिल गई, फिर इहने जिहड़ा है गुरमुख बन जाणा। बोलो सतनाम श्री वाहिगुरु। वाहिगुरु गुरु वाहिगुरु 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 सारे जपो, सारे प्यार नाल आखो, प्रेम नाल बोलो, वाहिगुरु वाहिगुरु श्रद्धा नाल वाहिगुरु वाहिगुरु वाहिगुरु। यही समा सफल है भाई, वाहिगुरु वाहिगुरु। ये समा कम आऊगा भाई, ये संत मंडल गुरु मंडल विच बिताया है समा संगत दियां घड़ियां, कीता है सिमरन संगत नाल मिलके गुरु नाल मिलके। वाहिगुरु वाहिगुरु। अशरदा दे ख्यालां नूं मेटो भाई, संस्या नूं दूर करो, मन दी भटकणा तों बचो। वाहिगुरु 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 वाहिगुरु। मन का मारण हरि नाम है, मन नु नाम नहीं सिद्धा करना है, नाम नहीं साफ करना है भाई, सिमर नहीं एदी शक्ति नु, बुरी शक्ति नु खत्म करना है। वाहिगुरु। जिवें किसे भूत दी शक्ति नु खत्म करना होवे, ये मन रूपी भूत है भाई, सिमरन परमात्मा दा नाम। गुरु वाहिगुरु। भगत नामदेव जी वाहिगुरु। रामानंद जी कहंदे ने हुण मेरा मन पिंगला हो गया, कहंदे जा ही नहीं सकता जिवें पिंगला दौड़ नहीं सकता। वाहिगुरु वाहिगुरु गुरु वाहिगुरु। मन पायो पंग, पिंगला हो गया, कहंदे हुण नहीं दौड़ सकता जदों। वाहिगुरु। जिवें खोते दे ना, खोते दे ਜਦੋਂ ਪੈਂਖੜ ਪਾ ਦੀ ਫਿਰ ਦੌੜ ਨਹੀਂ ਸਕਦਾ, ਇਹ ਗੁਰੂ ਦੇ ਸ਼ਬਦ ਦਾ ਪੈਂਖੜ ਹੈ ਭਾਈ। ਮਨ ਖੁੱਟ ਹਰ ਖੋਟਾ ਹੈ, ਖੋਤਾ ਤੇਰਾ ਨਹੀਂ ਵਿਸਾਸਾ, ਤੂੰ ਮਹਾ ਉਦਮਾਦਾ, ਖਰ ਕਾ ਪੈਖਰ ਤਾਂ ਉਹ ਛੋਟਾ ਜਾਊ ਪਰਲਾਦਾ। ਉਹਦੇ ਤੇ ਵਜਨ ਰੱਖ ਦੀਏ, ਖੋਤੇ ਦੇ ਉੱਤੇ ਇੱਕ ਪੈਂਖੜ ਲਾ ਦੀਏ, ਫਿਰ ਨਹੀਂ ਉਹ ਦੌੜ ਸਕਦਾ। ਵਾਹਿਗੁਰੂ। ਗੁਰੂ ਦੇ ਹੁਕਮ ਦਾ ਪੈਂਖੜ ਪਾ ਦੋ, ਬਾਣੀ ਨਾਲ ਜੋੜ ਲਓ ਇਸ ਨੂੰ, ਸ਼ਬਦ ਨਾਲ ਜੋੜ ਲਓ ਗੁਰੂ ਦੇ ਸ਼ਬਦ ਨਾਲ। ਵਾਹਿਗੁਰੂ ਵਾਹਿਗੁਰੂ। ਪਿਆਰ ਨਾਲ ਆਖੋ, ਸ਼ਰਧਾ ਨਾਲ ਜਪੋ, ਪ੍ਰੇਮ ਨਾਲ ਰਟਨ ਕਰੋ। ਗੁਰੂ 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 ਵਾਹਿਗੁਰੂ 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 ਵਾਹਿਗੁਰੂ।
ਗੁਰੂ ਉਹ ਸ਼ਬਦ ਦੀ ਤਾਕਤ ਦਿੰਦਾ ਹੈ, ਸ਼ਬਦ ਦੀ ਤਲਵਾਰ ਦਿੰਦਾ ਹੈ। ਵਾਹਿਗੁਰੂ ਵਾਹਿਗੁਰੂ ਨਾਮ ਦਾ ਖੰਡਾ ਦਿੰਦਾ ਹੈ ਭਾਈ, ਗਿਆਨ ਦਾ ਗਿਆਨ ਦੀ ਤਲਵਾਰ ਦਿੰਦਾ ਹੈ। ਵਾਹਿਗੁਰੂ ਮਨ ਨੂੰ ਮਾਰਨ ਦੇ ਲਈ ਕਥਾ ਕਥੀ ਨਾ ਜਾਏ
कथ कथा कथि न जाए तीन लोक रहया समाए स्वत सिद्ध रूप धर्यो स्वत सिद्ध रूप धर्यो साहन के साहे जियो स्वत सिद्ध रूप धर्यो साहन के साहे जियो स्वत सिद्ध सच श्रीनवास आदि पुरख सदा तू ही सत सच श्रीनवास आदि पुरख वाहे गुरु वाहे गुरु वाहे गुरु वाहे जियो वाहे सारे बोलो वाहे गुरु वाहे गुरु वाहे गुरु वाहे गुरु वाहे गुरु मोर पंख मुक्त शीस मुक्त शीस मोर पंख मुक्त शीस मोर पंख चाहे जियो मोर पंख वडे बेबजीर वडे धीर वजीर वडे तीर बेवजीर बेवजीर वडे धर्म अंग लख अगम धर्म अंग अलग खेल किया अपने उछाहे जियो खेल किया अपने अकथ कथा कथि न जाए 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 तीन लोक रहया समाए तीन लोक स्वतः सिद्ध रूप तरियो सिद्ध रूप तरियो साहन कसाहे जियो सुत सिद्ध रूप साहन सत साच श्रीनवास सत साच श्रीनवास सत साच आदि पुरख सदा तुई आदि पुरख आदि पुरख सदा तुई आदि पुरख वाहे गुरु वाहे गुरु वाहे गुरु वाहे जियो वाहे गुरु वाहे गुरु वाहे गुरु वाहे जियो good
ਵਾਹਿਗੁਰੂ 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 ਸੱਚ ਸ੍ਰੀ ਨਿਵਾਸ ਸਤ ਸੱਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਆਦਿ ਪੁਰਖ ਸਦਾ ਤੂੰ ਆਦਿ ਪੁਰਖ ਸਦਾ ਤੂੰ ਵਾਹਿਗੁਰੂ 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 ਕੰਦ ਦੱਸਾ ਗੁਰੂ ਵਾਹਿਗੁਰੂ ਵਾਹਿਗੁਰੂ ਪ੍ਰੈ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਵਾਹਿਗੁਰੂ 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 ਬੇਵਜ਼ੀਰ ਉਹਨੂੰ ਕਿਸੇ ਵਜ਼ੀਰ ਦੀ ਲੋੜ ਨਹੀਂ ਵੱਡੇ ਧੀਰ ਵੱਡੇ ਧੀਰ ਜਵਾਨ ਵਾਹਿਗੁਰੂ ਬੇ ਵਜ਼ੀਰ ਵੱਡੇ ਧੀਰ ਧਰਮ ਅੰਗ ਲੱਖ ਗਮ ਖੇਲ ਕੀ ਆ ਆਪਣਾ ਉਛਾਏ ਦੁਨੀਆਂ ਦਾ ਖੇਲ ਕੀਤਾ ਖੇਡੇ ਤਮਾਸ਼ਾ ਰਚਿਆ ਹੋਇਆ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਕਮਲ ਨਹਿਲ ਮਦਰ ਵੈਨ ਕੋਟ ਸੈਨ ਸੰਗ ਸੋਤ ਕਹਿ ਤਮਾਮ ਸੋਤ ਜੀ ਸਦਹੀ ਪਾਤ ਖਾਇਆ ਵਾਹਿਗੁਰੂ ਗੁਰੂ ਵਾਹਿਗੁਰੂ 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 ਗੁਰੂ ਵਾਹਿਗੁਰੂ ਦੇਖ ਰੂਪ ਅਤਨੂਪ ਮੋਹ ਮਹਾ ਮਗ ਪਈ ਕਿੰਕਣੀ ਸਬਦ ਚਰੰਤਕਾਰ ਖੇਲ ਪਾਹੇ ਜੀ ਵਾਹਿਗੁਰੂ ਵਾਹਿਗੁਰੂ ਕਾਲ ਕਲਮ ਹੁਕਮ ਹਾਥ ਵਾਹਿਗੁਰੂ 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 ਕਾਲ ਕਲਮ ਜਿਸਦੇ ਹੱਥ ਵਿੱਚ ਹੁਕਮ ਕਾਲ ਕਲਮ ਹੁਕਮ ਹਾਥ ਕਹਾ ਕੌਣ ਮੇਟ ਸਕੈ ਉਹਦੇ ਲਿਖੇ ਨੂੰ ਕੋਈ ਮੇਟ ਨਹੀਂ ਸਕਦਾ ਕਹਾ ਕੌਣ ਮੇਟ ਸਕੈ ਇਸ ਬਮ ਗਿਆਨ ਧਿਆਨ ਤਰਤ ਹੀ ਆ ਚਾਹੇ ਜੀਓ ਗਰਮ ਵਿਸ਼ਨੂੰ ਮੇਸ਼ ਸਭ ਉਹਦਾ ਧਿਆਨ ਤਰਦੇ ਨੇ ਵਾਹਿਗੁਰੂ ਵਾਹਿਗੁਰੂ ਸਤ ਸਾਚ ਸ੍ਰੀ ਨਿਵਾਸ ਸਾਧ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਸੋਏ ਗੁਰੂ ਦਾ ਸ਼ਬਦ ਆ ਭਾਈ ਪਰਮਾਤਮਾ ਦੇ ਨਾਮ ਦੇ ਅੰਦਰ ਹੀ ਸ਼ਕਤੀ ਹੈ ਤਾਕਤ ਹੈ ਜਿਹੜਾ ਮਨ ਦੇ ਮਨ ਨੂੰ ਸ਼ੁੱਧ ਕਰ ਸਕਦਾ ਹੈ ਵਾਹਿਗੁਰੂ
ਸਰਵਣ ਕਰ ਰਿਹਾ ਸੀ ਕਿ ਇਹ ਜਿਹੜਾ ਮਨ ਬੁੱਧ ਚਿੱਤ ਤੇ ਅਹੰਕਾਰ ਇਹ ਚਾਰ ਸਰੂਪ ਨੇ ਤੇ ਇਹਨੂੰ ਅੰਤਸ਼ਕਰਨ ਵੀ ਕਹਿੰਦੇ ਨੇ ਮਨ ਫੁਰਨਾ ਬੁੱਧੀ ਨਿਸ਼ਚੇ ਕਰਦੀ ਤੱਕੜੀ ਵਾਂਗੂ ਤੋਲਦੀ ਮਨ ਬੁੱਧ ਚਿੱਤ ਮਨ ਬੁੱਧ ਚਿੱਤ ਤੇ ਅਹੰਕਾਰ ਮਨ ਬੁੱਧ ਚਿੱਤ ਕਰਮ ਕਰਨਾ ਨਿਸ਼ਚੇ ਕਰਨਾ ਅਹੰਕਾਰ ਧਾਰ ਕਰਨਾ ਮੈਂ ਕੀਤਾ ਇਹ ਸਾਡਾ ਅੰਤਸ਼ ਕਰਨਾ ਹਿਰਦਾ ਬੋਲੋ ਇਹ ਮਨ ਦੇ ਸਰੂਪ ਇਹ ਮਨ ਮੈਂ ਗੱਲ ਕਹਾਂ ਬਸੀਏ ਦੇ ਕਹਾਂ ਬਸਾ ਹੋ ਪਵਨਾ ਇਹ ਗੁਰੂ ਨਾਨਕ ਪਛੇ ਪਾਤਸ਼ਾਹ ਕਿੱਥੇ ਵੱਸਦੇ ਨੇ ਕਹਾਂ ਬਸਾ ਸੋ ਸ਼ਬਦ ਹੋਦੂ ਉਹ ਸ਼ਬਦ ਕਿੱਥੇ ਵੱਸਦਾ ਉਹ ਪਰਮੇਸ਼ਰ ਕਿੱਥੇ ਵੱਸਦਾ ਜਾ ਕੋ ਚੁੱਕੇ ਮਨ ਕਾ ਪਵਨਾ ਜਿਹੜਾ ਮਨ ਦੀ ਭਟਕਣਾ ਨੂੰ ਦੂਰ ਕਰ ਦੇਵੇ ਨਦਰ ਕਰੇ ਤਾਂ ਸਤਿਗੁਰ ਮੇਲੇ ਅਕਾਲ ਪੁਰਖ ਦੀ ਕਿਰਪਾ ਹੋਵੇ ਸਤਿਗੁਰ ਦਾ ਮਿਲਾਪ ਹੋ ਜੇ ਬੋਲੋ ਪੂਰੇ ਗੁਰੂ ਦਾ ਮਿਲਾਪ ਹੋ ਜੇ ਨਦਰ ਕਰੇ ਤਾਂ ਸਤਿਗੁਰ ਮੇਲੇ ਤਾਂ ਨਿਜ ਕਰ ਵਾਸਾ ਮਨ ਪਾਏ ਤਾਂ ਇਹ ਮਨ ਜਿਹੜਾ ਭਟਕਦਾ ਭਰਮ ਦਾ ਦਸਵੰਦ ਸਮਾਂ ਦੇ ਵਿੱਚ ਆਪਣੇ ਨਿਜ ਘਰ ਵਿੱਚ ਆ ਜਾਂਦਾ ਬੋਲੋ ਸਤਨਾਮ ਇਹ ਹਿਰਦਾ ਆਤਮਾ ਦਸਮ ਦੁਆਰ ਇਹ ਨਿਜ ਘਰ ਹੈ ਬੋਲੋ ਕਿਉਂ ਨੀ ਮਨ ਸ਼ਾਂਤ ਹੁੰਦਾ ਮਨ ਦੌੜਿਆ ਫਿਰਦਾ ਹੈ ਭਾਈ ਨਿਜ ਘਰ ਵਿੱਚ ਆਉਂਦਾ ਨਹੀਂ ਹੈ ਜਿੰਨਾ ਚਿਰ ਬੰਦਾ ਆਪਣੇ ਘਰ ਵਿੱਚ ਨਹੀਂ ਵੜਦਾ ਉਹਨੂੰ ਸ਼ਾਂਤੀ ਮਿਲ ਜੂ ਦੁਨੀਆਂ 'ਚ ਫਿਰੀ ਜਾਵੇ ਜਿੱਥੇ ਮਰਜੀ ਕਹਿੰਦੇ ਨੇ ਜੋ ਸੁੱਖ ਛੱਜੂ ਦੇ ਜਵਾਰੇ ਵਲਖ ਨਾ ਬਖਾਰੇ ਨਦਰ ਕਰੇ ਤਾਂ ਸਤਿਗੁਰ ਮੇਲੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਸਤਿਗੁਰ ਦਾ ਮਿਲਾਪ ਹੁੰਦਾ ਗੁਰੂ ਨਾਨਕ ਜੀ ਕਹਿੰਦੇ ਨੇ ਹੇ ਜੋਗੀ ਜਨ ਤਾਂ ਨਿਜ ਕਰ ਵਾਸਾ ਹੋ ਮਨ ਪਾਏ ਇਹ ਮਨ ਫਿਰ ਨਿਜ ਘਰ ਵਿੱਚ ਆ ਜਾਂਦਾ ਹੈ ਮਨ ਭਟਕਣਾ ਛੱਡ ਦਿੰਦਾ ਹੈ ਭਰਮਣਾ ਛੱਡ ਦਿੰਦਾ ਹੈ ਆਪਣੇ ਆਪ ਦੇ ਵਿੱਚ ਆ ਜਾਂਦਾ ਹੈ ਹਿਰਦੇ ਵਿੱਚ ਟਿਕ ਜਾਂਦਾ ਹੈ ਦਸਮ ਦੁਆਰ ਵਿੱਚ ਟਿਕ ਜਾਂਦਾ ਹੈ ਦੇਖ ਲੈਂਦਾ ਕਿ ਬਾਹਰ ਸੁੱਖ ਨਹੀਂ ਹੈ ਆਪਣੇ ਅੰਦਰ ਹੀ ਸੁੱਖ ਹੈ ਤਾਂ ਨਿਜ ਕਰ ਵਾਸਾ ਇਹੋ ਮਨ ਪਾਏ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਤਾਵਤ ਵਰਜ ਰਹਾਏ ਸਤਿਗੁਰ ਦੇ ਹੁਕਮ ਦੇ ਵਿੱਚ ਨਾ ਇਹ ਜਿਹੜਾ ਮਨ ਹੈ ਆਪਣੇ ਆਪ ਨੂੰ ਖਾ ਜਾਂਦਾ ਬੋਲੋ ਆਪਣੇ ਸੰਕਲਪ ਵਿਕਲਪ ਖਤ ਹੋ ਜਾਂਦੇ ਨੇ ਮੁਕਾ ਦਿੰਦਾ ਹੁਕਮ ਦੇ ਪਿੱਛੇ ਗੁਰੂ ਦੇ ਹੁਕਮ ਦੇ ਪਿੱਛੇ ਚੱਲਦਾ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਫਿਰ ਪਵਿੱਤਰ ਹੁੰਦਾ ਇਹ ਨਿਰਮਲ ਹੋ ਜਾਂਦਾ ਮਨ ਬੋਲੋ ਆਪੇ ਆਪ ਖਾਏ ਹੋ ਮੈਨੂੰ ਖਾ ਸਿਮਰਨ ਦੁਆਰਾ ਵਾਹਿਗੁਰੂ ਗੁਰਮੰਤਰ ਜਪ ਹੋ ਮੈਂ ਖੋਈ ਆਪੇ ਆਪ ਖਾਏ ਮੈਂ ਜਿਹੜਾ ਕਰਦਾ ਨਾ ਹੋ ਮੈਂ ਹੰਕਾਰ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਗੁਰੂ ਨਾਨਕ ਜੀ ਕਹਿੰਦੇ ਨੇ ਇਸ ਦੋਹੇ ਜੋਗੀ ਜੋ ਨੂੰ ਫਿਰ ਇਹ ਨਿਰਮਲ ਹੋ ਜਾਂਦਾ ਹੀ ਮਨ ਉਹ ਮੈਲਾ ਮਨ ਪਵਿੱਤਰ ਹੋ ਜਾਂਦਾ ਹੈ ਇਹ ਸ਼ੀਸ਼ਾ ਸਾਫ਼ ਹੋ ਜਾਂਦਾ ਹੈ ਇਹ ਪਾਣੀ ਸਾਫ਼ ਹੋ ਜਾਂਦਾ ਹੈ ਅੰਤਸ਼ ਕਰਨ ਮਨ ਬੁੱਧ ਚਿੱਤ ਅਹੰਕਾਰ ਸ਼ੁੱਧ ਹੋ ਜਾਂਦਾ ਹੈ ਗੁਰਮੁਖ ਪ੍ਰੇਮ ਗਿਆਨ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਧਾਵਤ ਵਰਜ ਰਹਾ ਹੈ ਜਿਹੜਾ ਧੌਂਦਾ ਫਿਰਦਾ ਭੱਜਦਾ ਫਿਰਦਾ ਇਹਨੂੰ ਵਰਜ ਕੇ ਆਪਣੇ ਨਿਜ ਘਰ ਵਿੱਚ ਲੈ ਕੇ ਆਉਣਾ ਹੈ ਗੁਰੂ ਦੇ ਸ਼ਬਦ ਦੁਆਰਾ ਭਾਈ ਜਿਹੜਾ ਦੌੜਿਆ ਫਿਰਦਾ ਹੈ ਮਨ ਪਹਿਓ ਭੰਗ ਧਾਵਤ ਵਰਜ ਰਹਾਏ ਦੌੜਦੇ ਮਨ ਨੂੰ ਰੋਕ ਕੇ ਰੱਖਦਾ ਹੈ ਗੁਰਮੁਖ ਦੌੜ ਨਹੀਂ ਦਿੰਦਾ ਉਹਨੂੰ ਪੈਂਖੜ ਪਾ ਲੈਂਦਾ ਜਿਵੇਂ ਖੋਤੇ ਦੇ ਪੈਂਖੜ ਪਾ ਲੈਂਦੇ ਨੇ ਗੁਰੂ ਦੇ ਸ਼ਬਦ ਆ ਗੁਰੂ ਦੇ ਹੁਕਮ ਦਾ ਆਪੇ ਆਪ ਕਾਇ ਤਾਂ ਨਿਰਮਲ ਹੋਵੇ
ਤਾਬਤ ਵਰ ਜਰਾ ਰੋਕ ਕੇ ਰੱਖੇ ਮਨ ਭਾਈ ਗੁਰੂ ਦੇ ਸ਼ਬਦ ਦੁਆਰਾ ਕਿਉਂ ਮੂਲ ਪਛਾਣਾ ਆਤਮ ਜਾਣਾ ਕਿਉਂ ਸਿਸ ਕਰ ਸੂਰ ਸਮਾਵੇ ਇਹ ਮੂਲ ਕਿਵੇਂ ਪਹਿਚਾਣੇ ਆਪਣਾ ਆਪਣਾ ਅਸਲ ਆਪਾ ਕੀ ਹੈ ਜੜ ਕੀ ਹੈ ਕਿਉਂ ਮੂਲ ਪਛਾਣੇ ਆਪਣਾ ਮੁੱਢ ਕੀ ਹੈ ਪ੍ਰਭੂ ਨੂੰ ਕਿਵੇਂ ਪਹਿਚਾਣੇ ਗੁਰੂ ਨਾਨਕ ਜੀ ਨੂੰ ਪੁੱਛਦੇ ਨੇ ਜੋਗੀ ਜਨ ਕਿਉਂ ਮੂਲ ਪਛਾਣਾ ਆਤਮ ਜਾਣਾ ਆਪਣੇ ਆਪ ਨੂੰ ਕਿਵੇਂ ਜਾਣ ਲਵੇ ਕਿ ਮੈਂ ਕੀ ਹਾਂ ਕਿਸੇ ਨੂੰ ਨੀ ਪਤਾ ਮੈਂ ਕੀ ਹਾਂ ਮੈਂ ਸਰੀਰ ਮੈਂ ਨਹੀਂ ਅਨ ਮੈਂ ਕੋਸ਼ ਮਨੋ ਮੈਂ ਕੋਸ਼ ਪ੍ਰਾਣ ਮੈਂ ਕੋਸ਼ ਅਸਲ ਆਪਾ ਨਹੀਂ ਹੈ ਕਿਉਂ ਮੂਲ ਪਛਾਣ ਆਤਮ ਜਾਣ ਕਿਵੇਂ ਆਪਣਾ ਮੁੱਢ ਜਾਣ ਲਵੇ ਆਪਣੇ ਸਰੂਪ ਤੋਂ ਕਿਵੇਂ ਪਹਿਚਾਣ ਲਵੇ ਆਪਣੇ ਆਪ ਨੂੰ ਕਿਉਂ ਸੱਸ ਕਰ ਸੂਰ ਸਮਾਵੇ ਸੱਸ ਚੰਦਨਮੰਦ ਘਰ ਦੇ ਵਿੱਚ ਸੂਰਜ ਕਿਵੇਂ ਆ ਜਾਵੇ ਸਤੋ ਗੁਣ ਦੇ ਵਿੱਚ ਤਮੋ ਗੁਣ ਕਿਵੇਂ ਜਿਹੜਾ ਹੈ ਸਤੋ ਗੁਣ ਦੇ ਵਿੱਚ ਸਮਾ ਜਾਵੇ ਸੂਰਜ ਚੰਦਰਮਾ ਇਹ ਸੁਰਾਂ ਕਿਵੇਂ ਸੁਖਮਨਾਂ ਦੇ ਵਿੱਚ ਟਿਕ ਜਾਣ ਜਿਹੜਾ ਪਿੰਗਲਾ ਕਿਉਂ ਸੱਸ ਕਰ ਸੂਰ ਸਮਾਵੇ ਚੰਦਰਮਾ ਦੇ ਘਰ ਜੇ ਸੂਰਜ ਕਿਵੇਂ ਟਿਕ ਜਾਵੇ ਆਪਣੀ ਆਤਮਾ ਦਾ ਕਿਵੇਂ ਗਿਆਨ ਹੋ ਜਾਵੇ ਕਿਵੇਂ ਮਿਲੇ ਗੁਰੂ ਜੀ ਕਹਿੰਦੇ ਨੇ ਗੁਰਮੁਖ ਹੋਵੇ ਵਾਹਿਗੁਰੂ ਗੁਰਮੁਖ ਹੋਵੇ ਗੁਰਮੁਖ ਹੋਵੇ ਵਿੱਚੋਂ ਖੋਵੇ ਜਿਹੜਾ ਗੁਰੂ ਦਾ ਕਿਹਾ ਮੰਨ ਲਿਆ ਗੁਰੂ ਦੀ ਆਗਿਆ ਵਿੱਚ ਆ ਗਿਆ ਰਜ਼ਾ ਦੇ ਵਿੱਚ ਆ ਗਿਆ ਨਾ ਗੁਰਮੁਖ ਹੋਮੈ ਵਿੱਚੋਂ ਖੋਵੈ ਵਿੱਚੋਂ ਜਿਹੜੀ ਮੈਂ ਕਰਦਾ ਹੋਮੈ ਈਗੋ ਹੰਕਾਰ ਹੈ ਇਸ ਨੂੰ ਖੋਵੈ ਨਾਸ ਕਰ ਦੇਵੇ ਤਾਂ ਨਾਨਕ ਸਹਿਜ ਸਮਾਵੈ ਤਾਂ ਫਿਰ ਇਹ ਸਹਿਜ ਵਿੱਚ ਸਮਾ ਜਾਂਦਾ ਹੈ ਜੋਗੀ ਜਨੋਂ ਇਹ ਸਿੱਧੋ ਜਦੋਂ ਗੁਰਮੁਖ ਬਣ ਕੇ ਸੁਣਿਆ ਸੀ ਨਾ ਨਾਮ ਜਪਣਾ ਗੁਰਮੁਖ ਬਣ ਕੇ ਨਾਮ ਜਪਦਾ ਗੁਰੂ ਦਾ ਬਣ ਕੇ ਗੁਰੂ ਦੇ ਉਪਦੇਸ਼ ਗੁਰੂ ਦੀ ਰਜ਼ਾ ਗੁਰੂ ਦੀ ਸਿੱਖਿਆ ਗੁਰਮੁਖ ਹੋਮੇ ਵਿੱਚੋਂ ਖੋਵੇ ਮੈਂ ਨੂੰ ਮਟਾ ਦੇਵੇ ਹੋਮੇ ਨੂੰ ਮਟਾ ਦੇਵੇ ਜਿਹੜਾ ਮੈਂ ਕਰਦਾ ਹੰਕਾਰ ਕਿਸੇ ਵੀ ਤਰ੍ਹਾਂ ਦਾ ਖੋਵੇ ਨਾਸ ਕਰ ਦੇਵੇ ਤਾਂ ਨਾਨਕ ਸਹਿਜ ਸਮਾਵੇ ਫਿਰ ਸਹਿਜ ਵਿੱਚ ਸਹਿਜ ਅਵਸਥਾ ਦੇ ਵਿੱਚ ਟਿਕ ਜਾਂਦਾ ਬੋਲੋ ਤਾਂ ਨਾਨਕ ਸਹਿਜ ਸਮਾਵੇ ਹੈ ਜੋਗੀ ਜਨੋ ਫਿਰ ਸਹਿਜ ਦੇ ਵਿੱਚ ਸਮਾ ਜਾਂਦਾ ਫਿਰ ਸਹਿਜ ਅਵਸਥਾ ਆ ਜਾਂਦੀ ਹੈ ਫਿਰ ਅਡੋਲ ਅਵਸਥਾ ਆ ਜਾਂਦੀ ਹੈ ਨਹੀਂ ਤਾਂ ਭਟਕਦਾ ਫਿਰਦਾ ਰਹਿੰਦਾ ਇਹ ਮਨ ਨਿਚਲ ਹਿਰਦਾ ਵਸੀਅਰ ਗੁਰਮੁਖ ਮੂਲ ਪਛਾਣ ਰਹਿ ਜਦੋਂ ਇਹ ਮਨ ਜਿਹੜਾ ਨਿਸ਼ਚਲ ਹੋ ਕੇ ਨਾ ਚਲਾਏ ਮਨ ਤੋਂ ਨਿਸ਼ਚਲ ਹੋ ਜਾਂਦਾ ਹੈ ਹਿਰਦੇ ਵਿੱਚ ਵਸ ਜਾਂਦਾ ਆਪਣੇ ਘਰ ਵਿੱਚ ਆ ਜਾਂਦਾ ਇਹੋ ਮਨ ਨੇ ਚਲੇ ਹਿਰਦੇ ਵਸੀਅਲ ਗੁਰਮੁਖ ਮੂਲ ਪਛਾਣ ਰਹਿ ਗੁਰਮੁਖ ਬਣ ਕੇ ਨਾ ਫਿਰ ਆਪਣੇ ਮੂਲ ਨੂੰ ਪਹਿਚਾਣਦਾ ਫਿਰ ਆਪਣੇ ਮੁੱਢ ਨੂੰ ਪਹਿਚਾਣਦਾ ਮੇਰੀ ਪੈਦਾਇਸ਼ ਕਿੱਥੇ ਮੈਂ ਕੀ ਹਾਂ ਮੇਰਾ ਸਰੂਪ ਕੀ ਹੈ ਮਨ ਤੂੰ ਜੋਤ ਸਰੂਪ ਹੈ ਮਨ ਤੂੰ ਜੋਤ ਸਰੂਪ ਹੈ ਮਨ ਤੂੰ ਜੋਤ ਮਨ ਤੂੰ ਮਨ ਤੂੰ ਆਪਣਾ ਮੂਲ ਪਛਾਣ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਤੂੰ ਜੋਤ ਆਪਣਾ ਮੂਲ ਮਨ ਤੂੰ ਜੋਤ ਆਪਣਾ ਮੂਲ ਪਛਾਣ ਮਨ ਤੂੰ ਜੋਤ ਸਰੂਪ ਹੈ 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 ਆਪਣਾ ਮੂਲ ਪਛਾਣ ਮਨ ਤੂੰ ਜੋਤ ਆਪਣਾ ਮੂਲ ਪਛਾਣ
कि तू पंजा तत्तां दा पुतला नहीं है, तू प्राण बुद्धि नहीं है, हे मन किथे भटकदा है। तू अपने मूल नूं पहचान, अपने मुढ नूं पहचान, तेरी पैदाश कित्थों आई है, कित्थों उपजै, कह रहा कह महां समावै, तू कित्थों पैदा होया, तेरा असल स्वरूप की है। तू आप शरीर नूं समझ के अपने आप नूं शरीर समझ नहीं, शरीर विच रहण वाला तू मकान नहीं है, तू मकी है, तू घोड़ा नहीं है, तू घोड़े ती सवारी करन वाला है। एहो मन ने चल हरदा वसियले, गुरु मिल गया, कृपा हो गई। एहो मन ने चल, निश्चल हो गई ना, फिर गुरु दे शब्द दे रस नूं पींदा होया हिरदे दे रूपी घर विच टिक जांदा। गुरु नानक जी कहिंदे ने, बोलो कदों मूल पछाणिया जांदा। एहो मन ने चल हरदा वसियले, गुरमुख मूल पछाण रहा, गुरमुख पछाण अपने अपने स्वरूप नूं कोई मैं की हाँ, अहं ब्रह्म, कोई कहिंदा मैं ब्रह्म हाँ, आया आत्मा ब्रह्म, अहं ब्रह्मास्मि, उत्थे पता चलदा मन तू ज्योत स्वरूप, मन तू ज्योत स्वरूप, मैं रब हां, मैं आत्मा हां, कहण दे नाल नहीं ज्ञान हां। एहो मन निश्चल हिरदे वसियले, जदों मन निश्चल होके हिरदे रूप विच वस जांदा ना, दौड़ना भजना इहदा खत्म हो जांदा। गुरमुख मूल पछाण रहे, गुरमुख मूल पछाण रहे, गुरमुख मूल पछाण, गुरमुख जिहड़ा है अपने मूल नूं उत्थे पहचानदा, अपने स्वरूप दा ज्ञान उत्थे हुंदा। बोलो सतनाम श्री वाहिगुरु। फिर की हुंदा, नाभ कमल कर आसन वैसे, नाभी दे विच पवन जिहड़ी आसन जमाई बैठी टिक गई। नाभ पवन कर आसन वैसे, नाभ कमल दे विच हिरदा, हिरदे दे नीचे नाभ, नाभी तो नी मलाइकस, उपर हिरदा अठुंगल ए स्थान, हिरदा कमल नाभ कमल। नाभ कमल कर आसन वैसे, नाभ कमल कर आसन वैसे, नाभ कमल कर आसन वैसे, नाभ कमल। जदों पवन जिहड़िया ने प्राण ने नाभ कमल दे विच आसन जमा के बैठ के गुरमुख खोजत तत् लहै, गुरमुख खोजत तत् लहै, गुरमुख खोजत तत् लहै, गुरमुख खोजत तत् लहै। हे सिद्धो, हे मच्छंदर नाथ, हे गोरख नाथ, हे पाथरी, हे गोपी चंद, हे पंगर नाथ, फिर जेड़ा ना उदों गुरमुख खोजत तत् लहै, गुरमुख जड़ा है तत् दी खोज प्राप्त कर लैंदा है, तत् दी प्राप्ति करदा है। नाभ कमल कर आसन वैसे, नाभ कमल दे विच टिका हो, प्राण ते अपान वायु एकत्र हो के नाभ कमल दे विच टिक के बैठ गया। मन अपने आप हिरदे रूपी घर च आ गया। नाभ कमल कर आसन वैसे, तुसी किथे प्राण किथे रहने, इत्थे रहने, मन किथे रहंदा, इत्थे रहंदे, ये अटकाने इन्हां दे असर, ये बाहर भज्जे फिरदे। नाभ कमल कर आसन वैसे, गुरमुख खोजत तत् लहै, फिर जिहड़ा गुरमुख है तत् दी प्राप्ति करदा, असलियत दी प्राप्ति करदा है।
गुरमुख खोजत तत् लह गुरमुख खोजत तत् लह गुरमुख खोजत तत् लह फिर गुरु राही ना गुरमुख जिहड़ा ये खोज के तत् की प्राप्ति कर लैंदा है अपने अस स्वरूप की पहचान कर हे जोगियो हे सिद्धो सो शब्द निरंतर एक रस शब्द लगातार जारी रहना सिमरन ब्रह्म स्वरूप सो शब्द निरंतर निज कर आचै निज कर अपने आसर कर टिक जांदा तेर पवन जोत फिर वो जोत अंदर ही नहीं तिना भवनों के जोत नजर आती बोलो सतनाम श्री वाहिगुरु तेर पवन जोत सो शब्द लहे ये सारी खेड गुरु के शब्द द्वारा वापरती है गुरु के शब्द राही तेर पवन जोत सो शब्द लहे तेर पवन जोत सो शब्द लहे तेर पवन जोत सो तेर पवन जोत सो शब्द लहे तेर पवन जोत सो शब्द निरंतर निज कर आचे सो शब्द निरंतर निज कर आचे सो शब्द निरंतर एक रस शब्द दा वाह एक रस शब्द नाल जोड़ना सिमरन ब्रह्म स्वरूप ज्योति स्वरूप सो शब्द निरंतर निज कर आचे हृदय नाभि दे विच ए चमत्कार पापरदा ए प्रकाश हुंदा फिर तेरे पवन ज्योत सो शब्द लह तिना भरां दी ज्योत प्रकाश तेरे पवन ज्योत सो शब्द लह तेरे पवन ज्योत शब्द लह ਤਨ ਗੁਰੂ ਨਾਨਕ ਬੋਲੋ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਸਿੱਧੋ ਖਾਵੇ ਦੁੱਖ ਭੁੱਖ ਸੱਚ ਕੀ ਖਾਵੇ ਦੁੱਖ ਭੁੱਖ ਸੱਚ ਕੀ ਖਾਵੇ ਦੁੱਖ ਭੁੱਖ ਸੱਚ ਕੀ ਖਾਵੇ ਦੁੱਖ ਜਿਹੜੀ ਭੁੱਖ ਹੈ ਨਾ ਖਾਵੇ ਦੁੱਖ ਦੁੱਖਾਂ ਨੂੰ ਖਾ ਜਾਂਦੀ ਹੈ ਭੁੱਖ ਸੱਚੇ ਕੀ ਸੱਚੇ ਪਰਮਾਤਮਾ ਦੀ ਜਿਹੜੀ ਭੁੱਖ ਹੈ ਨਾ ਸੱਚੇ ਨਾਮ ਕੀ ਲਾਗੇ ਭੁੱਖ ਉਤ ਭੁੱਖ ਖਾਏ ਚਲੀਏ ਦੁੱਖ ਦੁੱਖਾਂ ਦਾ ਕਿਵੇਂ ਨਾਸ ਹੋਵੇਗਾ ਜਦੋਂ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਬੋਲੋ ਇਸ ਤਰ੍ਹਾਂ ਗੁਰਮੁਖ ਨੂੰ ਭਾਈ ਬਾਣੀ ਦੀ ਭੁੱਖ ਲੱਗਦੀ ਹੈ ਨਾਮ ਜਪਣ ਦੀ ਭੁੱਖ ਲੱਗਦੀ ਹੈ ਜਿਵੇਂ ਰੋਟੀ ਦੀ ਭੁੱਖ ਲੱਗਦੀ ਹੈ ਨਾ ਪ੍ਰਸ਼ਾਦੇ ਦੀ ਭੁੱਖ ਲੱਗਦੀ ਹੈ ਪਾਣੀ ਦੀ ਪਿਆਸ ਲੱਗਦੀ ਹੈ ਇਸ ਤਰ੍ਹਾਂ ਜਿਹਨੂੰ ਭੁੱਖ ਨਾ ਲੱਗੇ ਆਪਾਂ ਕਹਿੰਦੇ ਠੀਕ ਨਹੀਂ ਆ ਭਾਈ ਤੂੰ ਦਵਾਈ ਬੋਟੀ ਲੈ ਤੈਨੂੰ ਭੁੱਖ ਪਿਆਸ ਨਹੀਂ ਲੱਗਦੀ ਬਿਮਾਰ ਹੈ ਤੂੰ ਜਿਹਨੂੰ ਪਰਮਾਤਮਾ ਦੇ ਨਾਮ ਦੀ ਭੁੱਖ ਨਹੀਂ ਲੱਗਦੀ ਰੱਬ ਨੂੰ ਮਿਲਣ ਦੀ ਭੁੱਖ ਨਹੀਂ ਲੱਗਦੀ ਸਮਝ ਲਓ ਬਿਮਾਰ ਹੈ ਉਹਨੂੰ ਤਾਂ ਮੈਂ ਦਾ ਰੋਗ ਚਿੰਬੜ ਗਿਆ ਹੈ ਉਦੋਂ ਦੁੱਖਾਂ ਦਾ ਨਾਸ ਹੁੰਦਾ ਖਾਵੇ ਦੁੱਖ ਦੁੱਖਾਂ ਨੂੰ ਖਾ ਜਾਂਦੇ ਭੁੱਖ ਸੱਚੇ ਕੀ ਸੱਚੇ ਨਾਮ ਦੀ ਜਿਹੜੀ ਭੁੱਖ ਹੈ ਵਾਹਿਗੁਰੂ ਵਾਹਿਗੁਰੂ ਸੱਚੇ ਹੀ ਤ੍ਰਿਪਤਾਸ ਰਹਿ ਤੇ ਸੱਚੀ ਤ੍ਰਿਪਤੀ ਹੁੰਦੀ ਹੈ ਭੁੱਖ ਲੱਗ ਜੇ ਹਰੀ ਦੇ ਸੱਚੇ ਨਾਮ ਦੀ ਦੁੱਖਾਂ ਵਾਲਾ ਨਾਸ ਹੋ ਜਾਵੇ ਭੁੱਖ ਲੱਗ ਜੇ ਹਰੀ ਦੇ ਸੱਚੇ ਨਾਮ ਦੇ ਦੁੱਖਾਂ ਵਾਲਾ ਨਾਸ ਹੋ ਜਾਵੇ ਹਰੀ ਦੇ ਸੱਚੇ ਨਾਮ ਦੇ
ਜਾਗਦੇ ਸੱਚੇ ਨਾਮ ਦੀ ਭੁੱਖ ਲੱਗਦੇ ਦੁੱਖਾਂ ਵਾਲਾ ਪਿਆਰਿਓ ਦੁੱਖਾਂ ਵਾਲਾ ਨਾਸ ਹੋ ਜਾਵੇ ਪਿਆਰਿਓ ਦੁੱਖਾਂ ਵਾਲਾ ਨਾਸ ਹੋ ਜਾਵੇ ਹੇ ਦੁੱਖਾਂ ਵਾਲਾ ਨਾਸ ਬੇਨਤੀ ਕਰੋ ਹੇ ਵਾਹਿਗੁਰੂ ਜੀ ਹੇ ਸਤਿਗੁਰੂ ਮੇਰੇ ਤੇ ਹੀ ਜੀ ਕਿਰਪਾ ਕਰੋ ਭੁੱਖ ਲੱਗ ਜੇ ਹਰੀ ਦੇ ਸੱਚੇ ਨਾਮ ਦੀ ਦੁੱਖਾਂ ਵਾਲਾ ਨਾਸ ਹੋ ਜਾਵੇ ਭੁੱਖ ਲੱਗ ਜੇ ਹਰੀ ਦੇ ਸੱਚੇ ਨਾਮ ਦੀ ਦੁੱਖਾਂ ਵਾਲਾ ਨਾਸ ਹੋ ਜਾਵੇ ਭੁੱਖ ਊਤ ਭੁੱਖ ਖਾਏ ਚੱਲੀਏ ਦੁੱਖ ਇਹੋ ਜਿਹਾ ਸਤਸੰਗੀ ਬਣਾ ਮੈਂ ਇਹੋ ਜਿਹਾ ਭਗਤ ਬਣਾ ਇਹੋ ਜਿਹਾ ਗੁਰਮੁਖ ਬਣਾ ਮੈਨੂੰ ਨਾਮ ਜਪਣ ਦੀ ਭੁੱਖ ਲੱਗੀ ਮੈਂ ਨਾਮ ਤੋਂ ਬਿਨਾਂ ਰਹਿ ਨਾ ਸਕਾਂ ਸੱਚਮੁੱਚ ਭੁੱਖ ਲੱਗਦੀ ਹੈ ਗੁਰਮੁਖ ਨੂੰ ਜੇ ਭੁੱਖ ਲੱਗਦੀ ਨਹੀਂ ਇਹਦਾ ਮਤਲਬ ਬਿਮਾਰ ਹੈ ਬਾਈ ਉਹਨੂੰ ਫਿਰ ਵੈਦ ਹਕੀਮ ਚੂਰਨ ਦਿੰਦੇ ਨੇ ਜੇ ਤੈਨੂੰ ਨਾਮ ਜਪਣ ਦੀ ਭੁੱਖ ਨਹੀਂ ਨਾ ਲੱਗਦੀ ਫਿਰ ਤੂੰ ਕੀਰਤਨ ਦਾ ਚੂਰਨ ਲੈ ਤੈਨੂੰ ਨਾਮ ਦੀ ਭੁੱਖ ਲੱਗ ਜਾਵੇ ਨਾਮ ਜਪਣ ਨੂੰ ਚਿੱਤ ਕਰੇ ਨਾਮ ਤੋਂ ਬਿਨਾਂ ਰਹਿ ਨਾ ਸਕੇ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਨਾ ਰਹਿ ਸਕੇ ਸੇਵਾ ਸਿਮਰਨ ਤੋਂ ਬਿਨਾਂ ਰਹਿ ਨਾ ਸਕੇ ਤੂੰ ਕਹਿੰਦਾ ਮੇਰਾ ਮਨ ਨਹੀਂ ਲੱਗਦਾ ਬਾਣੀ 'ਚ ਬੇਨਤੀ ਕਰ ਹੇ ਸਤਿਗੁਰੂ ਮੇਰੇ ਤੇ ਜੀ ਕਿਰਪਾ ਕਰੋ ਮੈਨੂੰ ਮਿਲ ਜਾਵੇ ਗੁਰਬਾਣੀ ਰੋਟੀ ਭਾਵੇਂ ਮਿਲੇ ਨਾ ਮਿਲੇ ਮੈਨੂੰ ਮਿਲ ਜਾਵੇ ਗੁਰਬਾਣੀ ਰੋਟੀ ਭਾਵੇਂ ਮਿਲੇ ਨਾ ਮਿਲੇ ਰੋਟੀ ਭਾਵੇਂ ਮਿਲੇ ਨਾ ਮਿਲੇ ਰੱਬਾ ਮਿਲ ਜਾਵੇ ਮੈਨੂੰ ਮਿਲ ਜਾਵੇ ਗੁਰਬਾਣੀ ਰੋਟੀ ਭਾਵੇਂ ਮਿਲੇ ਨਾ ਮਿਲੇ ਰੱਬਾ ਮਿਲ ਜਾਵੇ ਰੋਟੀ ਭਾਵੇਂ ਮਿਲੇ ਨਾ ਮਿਲੇ ਗੁਰਬਾਣੀ ਰੋਟੀ ਭਾਵੇਂ ਮਿਲੇ ਨਾ ਗੁਰਬਾਣੀ ਜੀ ਰੋਟੀ ਭਾਵੇਂ ਮੈਨੂੰ ਮਿਲ ਜਾ
ਰੋਟੀ ਨਾ ਮਿਲੂ, ਪ੍ਰਸ਼ਾਦਾ ਪਾਣੀ ਨਾ ਮਿਲੂ, ਮਰ ਨਹੀਂ ਲੱਗਿਆ ਬੰਦਾ, ਪਰੰਤੂ ਇੱਕ ਦਿਨ ਬਾਣੀ ਨਾ ਮਿਲੀ, ਗੁਰੂ ਦਾ ਦਰਸ਼ਨ ਨਾ ਹੋਇਆ, ਸੰਗਤ ਨਾ ਮਿਲੀ। ਜੇ ਮੈਂ ਅੱਜ ਨਾ ਪੜੀ ਗੁਰਬਾਣੀ ਤਾਂ ਨਿਤਨੇਮ ਟੁੱਟ ਜਾਏਗਾ, ਜੇ ਮੈਂ ਅੱਜ ਨਾ ਪੜੀ ਗੁਰਬਾਣੀ ਨਿਤਨੇਮ ਟੁੱਟ ਜਾਏਗਾ, ਜੇ ਮੈਂ ਅੱਜ ਅੱਜ ਨਾ ਸੁਣੀ ਗੁਰਬਾਣੀ, ਇਹ ਮੈਂ ਅੱਜ ਨਾ ਪੜੀ ਗੁਰਬਾਣੀ ਨਿਤਨੇਮ ਟੁੱਟ ਜਾਏਗਾ, ਇਹ ਮੈਂ ਅੱਜ ਨਾ ਸੁਣੀ ਗੁਰਬਾਣੀ ਤਾਂ ਨਿਤਨੇਮ ਟੁੱਟ ਜਾਏਗਾ। ਕਮਜ਼ੋਰ ਹੋ ਜਾਂਦਾ, ਬਾਣੀ ਨਾ ਮਿਲੇ, ਸਤਸੰਗਤ ਨਾ ਮਿਲੇ ਤਾਂ ਹੌਲੀ ਹੌਲੀ ਕਮਜ਼ੋਰ ਹੁੰਦਾ 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 ਫਿਰ ਇਹ ਟੁੱਟ ਜਾਂਦਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਨਿਤਨੇਮ ਹੁੰਦਾ ਜਿਹੜਾ ਨਿਤ ਨਿਤ ਦਰਸ਼ਨ ਗੁਰੂ ਦਾ, ਨਿਤਨੇਮ ਬਾਣੀ ਨਿਤ ਕੀਤਾ ਜਾਵੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸੋ ਸਰਵਣ ਕਰ ਰਹੀ ਸੀ, ਸਾਚੀ ਨਾਮ ਕੀ ਲਾਗੇ ਭੂਖੋਤ ਭੁੱਖਾ ਖਾਏ ਚੱਲੀਏ ਦੂਖ, ਹੇ ਸਿੱਧੋ ਹੇ ਜੋਗੀ ਜਨੋ ਹੇ ਰੱਬ ਦੇ ਪਿਆਰਿਓ, ਖਾਵੇ ਦੁੱਖ ਭੁੱਖ ਸੱਚ ਕੀ, ਜਦੋਂ ਭੁੱਖ ਲੱਗਦੀ ਹੈ ਨਾ ਪਰਮਾਤਮਾ ਦੇ ਨਾਮ ਦੀ ਫਿਰ ਦੁੱਖਾਂ ਨੂੰ ਖਾ ਜਾਂਦੀ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਗੁਰਮੁਖ ਨੂੰ ਭੁੱਖ ਲੱਗਦੀ ਹੈ, ਇਹੀ ਗਿਆਨ ਮਾਨ, ਖਾਵੇ ਦੁੱਖ ਭੁੱਖ ਸੱਚ ਕੀ, ਸੱਚ ਹੀ ਤ੍ਰਿਪਤਾਸ ਰਹਿ, ਸੱਚੇ ਨਾਮ ਦੇ ਨਾਲ ਜੁੜ ਕੇ ਸੱਚੇ ਰੱਬ ਦੇ ਨਾਲ ਜੁੜ ਕੇ ਹੀ ਅਸਲ ਤ੍ਰਿਪਤੀ ਆਉਂਦੀ ਹੈ, ਸ਼ਾਂਤੀ ਆਉਂਦੀ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਹੀ ਪਿਆਸ ਬੁਝਦੀ ਹੈ, ਤਾਂ ਹੀ ਮਨ ਦੀ ਠੰਡ ਬੁਝਦੀ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸੱਚ ਹੀ ਤ੍ਰਿਪਤਾਸ ਰਹਿ, ਸੱਚੇ ਨਾਲ ਹੀ ਫਿਰ ਨਾ ਜੁੜ ਕੇ ਉਹ ਆਨੰਦ ਵਿੱਚ ਰਹਿੰਦੇ ਨੇ। ਬੋਲੋ ਫਿਰ ਕੀ ਹੁੰਦਾ ਹੈ, ਅਨਹਦ ਬਾਣੀ ਗੁਰਮੁਖ ਜਾਣੀ, ਅਨਹਦ ਬਾਣੀ ਗੁਰਮੁਖ ਜਾਣੀ, ਅਨਹਦ ਬਾਣੀ ਅਨਹਦ ਬਾਣੀ ਅਨਹਦ ਬਾਣੀ ਗੁਰਮੁਖ ਜਾਣੀ, ਅਨਹਦ ਬਾਣੀ ਗੁਰਮੁਖ ਜਾਣੀ। ਅਨਹਦ ਬਾਣੀ ਪ੍ਰਗਟ ਹੁੰਦੀ ਹੈ ਜਿਸ ਦੀ ਕੋਈ ਹੱਦ ਨਹੀਂ ਹੈ। ਬੋਲੋ ਸਤਿਨਾਮ। ਇੱਕ ਰਸ ਕਹਿੰਦੇ ਨੇ ਅਨਹਦ, ਫਿਰ ਗੁਰਮੁਖ ਜਾਣਦੇ ਨੇ ਅਨਹਦ ਬਾਣੀ ਉਹਨਾਂ ਦੇ ਅੰਦਰ ਫਿਰ ਪ੍ਰਗਟ ਹੁੰਦੀ, ਅਨਹਦ ਨਾਦ ਪ੍ਰਗਟ ਹੁੰਦਾ। ਬੋਲੋ ਅਨਹਦ ਬਾਣੀ ਗੁਰਮੁਖ ਜਾਣੀ,
ਨਾਮ ਕਮਲ ਕਰ ਆਸਨ ਵੈਸੇ ਗੁਰਮੁਖ ਖੋਜ ਤਤ ਲਹਿ ਕਿਵੇਂ ਵਾਪਰਦਾ ਇਹ ਮਨ ਨੇਚਰ ਹਿਰਦੇ ਵਸਿਆ ਤੇ ਗੁਰਮੁਖ ਖੋਜ ਤਤ ਲਹਿ ਨੇਚਰ ਹੋ ਕੇ ਮਨ ਹਿਰਦੇ ਚ ਵਸਦਾ ਨਾਮ ਕਮਲ ਵਿੱਚ ਜਦੋਂ ਆਸਨ ਜਮਾ ਕੇ ਆਸਨ ਲਾ ਕੇ ਇਹ ਪ੍ਰਾਣੀ ਮਨ ਬੈਠਦਾ ਇੱਕ ਰਸ ਸ਼ਬਦ ਉਹ ਜੋਤੀ ਦਾ ਪ੍ਰਕਾਸ਼ ਤਿੰਨਾਂ ਭਵਨਾਂ ਦੇ ਵਿੱਚ ਆਪਣੇ ਅੰਦਰ ਬਹਾਰ ਅਨਹਦ ਬਾਣੀ ਦਾ ਪ੍ਰਗਟ ਹੋਣਾ ਇੱਕ ਰਸ ਅਨਹਦ ਨਾਲ ਗੁਰਮੁਖ ਜਾਣ ਗੁਰਮੁਖਾਂ ਦੇ ਅੰਦਰ ਪ੍ਰਗਟ ਹੋ ਜਾਣਾ ਬਾਣੀ ਦੇ ਨਾਲ ਜੁੜੇ ਪਰਮਾਤਮਾ ਦੇ ਨਾਮ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਤ੍ਰਿਪਤੀ ਮਿਲਦੀ ਹੈ ਅਨਹਦ ਬਾਣੀ ਗੁਰਮੁਖ ਜਾਣੀ ਵਿਰਲੋ ਕੋ ਅਰਥ ਆਵੈ ਤੇ ਵਿਰਲਾ ਹੀ ਅਰਥ ਆਉਂਦਾ ਹੈ ਵਿਰਲੇ ਨੂੰ ਹੀ ਫਿਰ ਉਹ ਅਨਹਦ ਨਾਦ ਪ੍ਰਗਟ ਹੁੰਦਾ ਹੈ ਬਾਣੀ ਵਿਰਲੋ ਕੋ ਅਰਥ ਆਵੈ ਨਾਨਕ ਆਖ ਸੱਚ ਸੁਪਾਖੈ ਧੰਨ ਗੁਰੂ ਨਾਨਕ ਜੀ ਕਹਿੰਦੇ ਨੇ ਜੋਗੀ ਜਨੋ ਹੇ ਗੁਰਮੁਖੋ ਹੇ ਜੋਗੀ ਜਨੋ ਹੇ ਸਿੱਧੋ ਨਾਨਕ ਆਖੇ ਸੱਚ ਸੁਪਾਖ ਇਹ ਸੱਚ ਬੋਲਦੇ ਸੱਚ ਰਪੈ ਰੰਗ ਕਬੂ ਨਾ ਜਾਵੇ ਜਿਹੜਾ ਇੱਕ ਸੱਚੇ ਰੰਗ ਦੇ ਵਿੱਚ ਰੰਗਿਆ ਗਿਆ ਨਾ ਫਿਰ ਉਹਦਾ ਰੰਗ ਕਦੇ ਉਤਰਦਾ ਨਹੀਂ ਬੋਲੋ ਸਤਨਾਮ
सचर पै रंग कबू न जावे फिर नहीं रंग उतरदा फिर यह जा मजीठी रंग नाम का रंग चढ़ जाता बोलो सो बहुत बहुत धन्यवाद है संगतां दा भाई जो तपोवन दे विच आ के तुसी सत्संगत बाणी दे नाल जुड़े समा कढ़दे हो गुरु नाल जुड़दे हो भाई जुड़ो यही जिंदगी दा लाभ है ਇਹ ਸਿਮਰਨ ਰੂਪੀ ਤਪ ਸੇਵਾ ਰੂਪੀ ਤਪ ਕੀਰਤਨ ਰੂਪੀ ਤਪ ਹੈ ਇਹੀ ਜ਼ਿੰਦਗੀ ਆਖਾਂ ਜੀਵਾਂ ਵਿਸਰੈ ਗੁਰੂ ਦਾ ਮਿਲਾਪ ਸਤਸੰਗ ਦਾ ਮਿਲਾਪ ਇਹੀ ਘੜੀਆਂ ਲੇਖੇ ਵਿੱਚ ਨੇ ਕਲਯੁਗ ਮੈਂ ਕੀਰਤਨ ਬਾਣੀ ਤੋਂ ਉੱਪਰ ਕੋਈ ਸ਼ਕਤੀ ਨਹੀਂ ਹੈ ਭਾਈ ਬਾਣੀ ਨਾਲ ਜੁੜੋ ਪਰਮਾਤਮਾ ਦੇ ਨਾਮ ਦੇ ਨਾਲ ਜੁੜੋ ਇਹ ਸੋਝੀ ਕਿਵੇਂ ਪਵੇ ਗੁਰਮੁਖ ਖੋਜਤ ਤਤ ਲਹਿ ਤਤ ਦੀ ਪ੍ਰਾਪਤੀ ਇਹ ਮਨ ਕੀ ਹੈ ਕਿੱਥੇ ਵੱਸਦਾ ਨਿਜ ਘਰ ਵਿੱਚ ਕਿਵੇਂ ਆਵੇਗਾ ਕਿੱਥੇ ਫਿਰਦਾ ਹੈ ਇਹਦਾ ਟਿਕਾਣਾ ਕੀ ਹੈ ਦਸਮ ਦੁਆਰ ਕਿਵੇਂ ਖੁੱਲੇਗਾ ਮਨ ਤੂੰ ਜੋ ਸਰੂਪ ਦਾ ਗਿਆਨ ਕਿਵੇਂ ਪ੍ਰਗਟ ਹੋਵੇਗਾ ਇਹਨਾਂ ਸਵਾਲਾਂ ਦੇ ਜਵਾਬ ਸਰਵਣ ਕੀਤੇ ਨੇ ਯੋਗੀਆਂ ਨੇ ਪ੍ਰਸ਼ਨ ਕੀਤੇ ਨੇ ਗੁਰੂ ਨਾਨਕ ਜੀ ਨੇ ਸਿੱਧ ਗੋਸ਼ਟ ਦੇ ਵਿੱਚ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਸਰਵਣ ਕਰਨਾ ਵਾਹਿਗੁਰੂ 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 ਹਰ ਜਪੋ ਅਨਹਦ ਬਾਣੀ ਗੁਰਮੁਖ ਜਾਣੀ ਅਨਹਦ ਬਾਣੀ ਗੁਰਮੁਖ ਜਾਣੀ ਗੁਰੂ ਵਾਹਿਗੁਰੂ 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 ਫਿਰ ਲੋਕ ਅਰਥਾਵੇ ਫਿਰ ਲਈ ਇਹ ਹੁਣ ਜੇ ਆਪਾਂ ਪੜ੍ਹ ਸੁਣ ਸਕਦੇ ਹਾਂ ਭਾਈ ਪਰੰਤੂ ਜਦੋਂ ਤੱਕ ਅਸਲ ਸਰੂਪ ਦੇ ਵਿੱਚ ਇਹ ਵਾਪਰਦਾ ਨਹੀਂ ਹੈ ਇਹ ਮਨ ਨਹੀਂ ਚਲੋ ਕਿਸੇ ਦੇ ਵਿੱਚ ਵਸਿਆ ਨਹੀਂ ਹੈ ਆਪਣਾ ਮੂਲ ਪਛਾਣਿਆ ਨਹੀਂ ਹੈ ਇਹ ਫਿਰ ਉੱਥੇ ਹੀ ਪ੍ਰਗਟ ਹੋ ਗਏ ਨਾ ਬਾਣੀ ਦੇ ਅਰਥ ਅਸਲ ਅਰਥਾਂ ਦੇ ਵਿੱਚ ਪੜ ਸੁਣ ਤਾਂ ਸਕਦੇ ਪਰ ਉੱਥੇ ਪ੍ਰਗਟ ਫਿਰ ਲੋਕ ਅਰਥਾਵੇ ਫਿਰ ਲਈ ਇਹ ਜਾਣਦਾ ਹੈ ਉਹਦੇ ਅੰਦਰ ਇਹ ਪ੍ਰਗਟ ਹੁੰਦਾ ਉਹੀ ਅਸਲ ਅਰਥਾਂ ਦੇ ਅਸਲ ਸਰੂਪ ਦੇ ਵਿੱਚ ਅਰਥ ਕਰ ਸਕਦਾ ਫਿਰ ਇਹ ਬਾਣੀ ਦੇ ਇਸ ਕਰਕੇ ਬਾਣੀ ਸਤਿਗੁਰਾਂ ਦੇ ਵਚਨ ਬਹੁਤ ਅਗਾਧ ਬੋਧ ਨੇ ਭਾਈ ਇਹ ਬਾਣੀ ਧੁਰ ਦਰਗਾਹੀ ਬਾਣੀ ਰੂਹਾਨੀਅਤ ਦਾ ਭੰਡਾਰ ਰੂਹਾਨੀਅਤ ਦਾ ਭੰਡਾਰ ਅੰਦਰਲੀ ਗੱਲ ਹੈ ਆਤਮਾ ਦੀ ਗੱਲ ਹੈ ਪਰਮਾਤਮਾ ਆਤਮਾ ਤੇ ਪਰਮਾਤਮਾ ਦੇ ਮਿਲਣ ਦੀ ਗੱਲ ਹੈ ਸਾਡਾ ਮਨ ਉੱਪਰ ਉੱਪਰ ਫਿਰਦਾ ਦੌੜਿਆ ਫਿਰਦਾ ਭੱਜਿਆ ਫਿਰਦਾ ਹੈ ਵਾਹਿਗੁਰੂ 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 ਉਸ ਅਵਸਥਾ ਦੇ ਵਿੱਚ ਜਾ ਕੇ ਅਰਥ ਖੋਲਣੇ ਉਸ ਅਵਸਥਾ ਦੇ ਵਿੱਚ ਜਾ ਕੇ ਇਹ ਗਿਆਨ ਹੋਣਾ ਅਸਲ ਅਰਥਾਂ ਦੇ ਵਿੱਚ ਤੱਤ ਗਿਆਨ ਜਿਹਨੂੰ ਕਹਿੰਦੇ ਨੇ ਨਾ ਤੱਤ ਗਿਆਨ ਉਦੋਂ ਪ੍ਰਗਟ ਹੋਣਾ ਬੋਲੋ ਜਿੰਨਾ ਚਿਰ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣਿਆ ਨਹੀਂ ਗਿਆ ਜੋਤ ਸਰੂਪ ਪਹਿਚਾਣੀ ਨਹੀਂ ਗਿਆ ਅਜੇ ਤਾਂ ਅਸੀਂ ਆਪਣੇ ਆਪ ਨੂੰ ਮਿੱਟੀ ਦਾ ਇੱਕ ਢੇਰੇ ਸਮਝ ਅਨਹਦ ਬਾਣੀ ਗੁਰਮੁਖ ਜਾਣੀ ਗੁਰ ਲੋਕ ਅਰਥਾ ਨਾਨਕ ਆਖੈ ਸੱਚ ਸੋ ਭਾਖੈ ਗੁਰੂ ਨਾਨਕ ਜੀ ਕਹਿੰਦੇ ਨੇ ਭਾਈ ਇਹ ਸੱਚ ਬੋਲਦੇ ਇਹ ਸੱਚ ਹੈ ਜੋ ਪ੍ਰਭੂ ਨੂੰ ਸਿਮਰਦਾ ਸੱਚ ਰੱਪ ਹੈ ਸੱਚ ਦੇ ਵਿੱਚ ਜਿਹੜਾ ਰੰਗਿਆ ਗਿਆ
सच रपे रंग कबू ना जावे फिर नहीं रंग उतरदा कदे फिर नहीं जांदा तन तन भाई मती दास जी तन तन भाई मनी सिंह जी फिर नहीं उतरिया ओ रंग सच रपे रंग कबू ना जावे लाल रंग लग्या तेरे नाम दा जी लाल रंग लग्या हरि नाम दा जी लाल रंग लग्या हरि नाम दा लाल रंग लग्या हरि नाम दा जी लाल रंग ਤੁੰਦਲਾਨਾ ਭਗਵਾਨ ਕੱਚ ਨਾਨਕ ਲਾਲੋ ਲਾਲ ਹੈ ਸੱਚ ਰਤਾ ਸੱਚ ਰੰਗੋਇਆ ਮਨੀ ਆਪਣੇ ਨਾ ਮੇਲਾ ਨਾ ਤੁੰਦਲਾਨਾ ਭਗਵਾਨ ਕੱਚ ਨਾਨਕ ਲਾਲੋ ਲਾਲ ਹੈ ਸੱਚ ਰਤਾ ਸੱਚ ਆਓ ਬੇਨਤੀ ਦਾ ਸ਼ਬਦ ਪੜ੍ਹੀਏ ਫਿਰ ਅਨਾ ਸਾਹਿਬ ਵਿੱਚ ਬੋਲਣਾ ਬੋਲਣਾ ਦੀ ਮਾਫ਼ੀ ਬਖਸ਼ੋ ਭਾਈ ਕਾਹਲੀ ਨਹੀਂ ਕਰਨੀ ਫਿਰ ਅਰਦਾਸ ਹੁਕਮਨਾਮੇ ਤੋਂ ਬਾਅਦ ਫਿਰ ਚਾਲੇ ਪਾਉਣੇ ਸੰਗਤ ਨਾ ਛੱਡੋ ਭਾਈ ਬਾਣੀ ਨਾ ਕਦੇ ਛੱਡੋ ਜੋ ਕਲਯੁਗ ਤੋਂ ਬਚਣਾ ਬਾਣੀ ਕਦੇ ਨਹੀਂ ਛੱਡਣੀ ਭਾਈ ਸੰਗਤ ਨਹੀਂ ਛੱਡਣੀ ਸੇਵਾ ਨਹੀਂ ਛੱਡਣੀ ਇਹ ਕੀਰਤਨ ਰੂਪੀ ਤਪ ਨਹੀਂ ਛੱਡਣਾ ਸੇਵਾ ਰੂਪੀ ਤਪੱਸਿਆ ਨਹੀਂ ਛੱਡਣੀ ਸਿਮਰ ਰੂਪੀ ਤਪ ਨਹੀਂ ਛੱਡਣਾ ਗੁਰੂ ਦਾ ਲੜ ਨਹੀਂ ਛੱਡਣਾ ਬੇਨਤੀ ਕਰਨੀ ਹੈ ਸਤਿਗੁਰੂ ਮੇਰੇ ਤੇ ਕਿਰਪਾ ਕਰੋ ਦਇਆ ਦ੍ਰਿਸ਼ਟੀ ਕਰੋ ਕਾਇਆ ਕਾ ਪ੍ਰਚੀਰ ਵਾ ਫਾਰਿਆ ਰੰਗ ਨਾ ਲਹਿਸ ਪਾਕਾ ਇਹ ਸਤਿਗੁਰੂ ਮੇਰੇ ਤੇ ਮਿਹਰ ਕਰੋ ਸਾਡੇ ਸਾਰਿਆਂ ਤੇ ਦਇਆ ਕਰੋ ਸਰਬੱਤ ਦਾ ਭਲਾ ਕਰੋ ਇਹ ਜਲਦੇ ਵਲਦੇ ਸੰਸਾਰ ਨੂੰ ਠਾਰੋ ਹੇ ਪ੍ਰਭੂ ਇਹ ਸਭ ਜੀਵ ਤੇਰੇ ਹੀ ਬਣਾਏ ਹੋਏ ਨੇ ਸਾਨੂੰ ਸੱਚਾ ਗਿਆਨ ਬਖਸ਼ੋ ਮਨੁੱਖਾ ਜਨਮ ਬਖਸ਼ਿਸ਼ ਕੀਤਾ ਨਾਮ ਦੀਆਂ ਦਾਤਾਂ ਬਖਸ਼ੋ ਬੰਦਗੀ ਦੀ ਭਗਤੀਆਂ ਦੀਆਂ ਦਾਤਾਂ ਬਖਸ਼ੋ ਹੇ ਪ੍ਰਭੂ ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰੇ ਸੰਸਾਰ ਤੇ ਕਿਰਪਾ ਕਰੋ ਦੁਨੀਆਂ ਤੇ ਕਿਰਪਾ ਕਰੋ ਜਗਤ ਜਲੰਧਰ ਰੱਖਣਾ ਆਪਣੀ ਕਿਰਪਾ ਥਾਰ ਜਿਤ ਦੁਆਰਾ ਉਭਰਤ ਤਲੇ ਹੋ ਬਾਰ ਹੇ ਗੁਰੂ ਨਾਨਕ ਜੀ ਰਹਿਮਤ ਕਰੋ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖੋ ਸਾਨੂੰ ਸ਼ਰਧਾ ਦੀ ਖੈਰ ਪਾਓ ਸ਼ਰਧਾ ਦੀ ਦਾਤ ਵਿਸ਼ਵਾਸ ਦੀ ਦਾਤ ਨਾਮ ਦੀ ਦਾਤ ਬਖਸ਼ੋ ਹੇ ਪ੍ਰਭੂ ਆਓ ਸਾਹਿਬ ਬੇਨਤੀ ਕਰੀਏ ਤੂੰ ਸਮਰੱਥ ਹੈ ਸਤਿਗੁਰੂ ਤੂੰ ਸਰਵ ਸ਼ਕਤੀਮਾਨ ਹੈ ਅਸੀਂ ਕਲਯੁਗ ਜੀਵ ਔਗੁਣਾ ਗੁਨਾਹਾਂ ਨਾਲ ਭਰੇ ਹੋਏ ਹਾਂ ਖਿਨ ਖਿਨ ਭੁੱਲਣ ਹਾਰ ਹਾਂ ਲੇਖੇ ਜੋਖੇ ਹਿਸਾਬਾਂ ਕਿਤਾਬਾਂ ਦੇ ਨਾਲ ਸਾਡਾ ਖਹਿੜਾ ਛੁੱਟਣਾ ਮੁਸ਼ਕਲ ਹੈ ਪ੍ਰਭੂ ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ ਤੇਰਾ ਪੱਲਾ ਪਕੜਿਆ ਹੈ ਤੇਰਾ ਲੜ ਪਕੜਿਆ ਹੈ ਅਸੀਂ ਆਪਣੀ ਮੈਂ ਹੰਕਾਰ ਛੱਡ ਕੇ ਤੇਰਾ ਦਰ ਤੇਰਾ ਪੱਲਾ ਪਕੜਿਆ ਹੈ ਤੇਰੀ ਬਾਣੀ ਤੇਰਾ ਨਾਮ ਜਿਸ ਤੇਰੇ ਨਾਮ ਨੇ ਵੱਡੇ ਵੱਡੇ ਪਾਪੀ ਤਾਰਤੇ ਅਜਾਮਲ ਤਾਰ ਤਾ ਗਨਕਾ ਤਾਰਤੀ ਮੈਂ ਤੇਰੇ ਉਸ ਨਾਮ ਤੇ ਵਿਸ਼ਵਾਸ ਲਿਆਉਂਦਾ ਹਾਂ ਮੈਂ ਤੇਰੇ ਉਸ ਨਾਮ ਦਾ ਜਾਪ ਸਿਮਰਨ ਕਰਦਾ ਹਾਂ ਹੇ ਪ੍ਰਭੂ ਮੇਰੇ ਤੇ ਕਿਰਪਾ ਕਰ ਤੂੰ ਬਾਣੀ ਰੂਪ ਹੈ ਬਹੁ ਬਹੁ ਬਾਣੀ ਨਿਰੰਕਾਰ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਹੈ ਮੇਰੇ ਤੇ ਸਾਰੇ ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੇ ਉੱਚਿਆਂ ਦੇ ਉੱਚੇ ਪ੍ਰਭੂ ਹੇ ਸਭ ਤੋਂ ਉੱਚੇ ਮਿਹਰ ਕਰੋ ਦਇਆ ਦ੍ਰਿਸ਼ਟੀ ਕਰੋ ਮੈਂ ਸਿਰਫ ਆਪਣਾ ਭਲਾ ਨਹੀਂ ਚਾਹੁੰਦਾ ਹੇ ਪ੍ਰਭੂ ਸਭ ਦਾ ਹੀ ਭਲਾ ਮੰਗਦਾ
सुखी वस मोरो परवारा सेवक सिख सवै करतारा नानक नाम चढ़दी कला तेरे फाने सरबत दा पला बहुत जन बिछरे थे माधो है जन्म तुम्हारे लेके कह रविदास रास लग जीव चिर प्यो दर्शन देखे रहमत कर साड़ी जिंदगी दी बेड़ी नू पार ला दे हे प्रभु बड़ी डिको डोले खा रही है भावज संसार समुद्र दे विच कदे शरदा बन जांदी कदे टुट जांदी है दुख भी तोड़ जांदे ने सुख भी भुला जांदे ने तेरी माया बड़ी परवर है रहमत कर सतगुर प्यारे मेरी बिगड़ी सवार दे सतगुर प्यारे मेरी बिगड़ी सवार दे प्यारे साड़ी बिगड़ी सतगुर प्यारे तेरे अगे साड़ा दाता राई जिना जोरना तेरे अगे दाता मेरा तेरे बिना दुनिया ते मेरा कोई होर ना तेरे बिना दुनिया ते साड़ा कोई होर ना मर जी डुबा दे भमतार दे सतगुर प्यारे मेरी बिगड़ी सवार दे सतगुर प्यारे बिगड़ी सवार दे सतगुर प्यारे तेरे हाथ दाता डुबा दे भावे तार दे नहीं डुबाई तो है ही नहीं बिल्कुल डुबनी तो है ही नहीं तार ही यही बेनती करनी है ये सतगुरु ये जिंदगी का ताना बाणा सुलझा दे क्योंकि ये तां उलझ गया तेरी बाणी सानू विसर गई है बोलो सतनाम श्री वाहे सो सतगुरु जी मेहर कर धन गुरु नानक पातशाह अकाल पुरख वाहेगुरु सारिआं दे सिर ते मेहर बरियात रखण नाम दीआं दातां बख्शिश कर गुरपुरा जन सिमरिया सही पै निहां नानक नाम अराधना कारज आवै रात विसर नाहीं दा तारे अपना नाम देहो गुण गावां दिन रात नानक चाहे हो राम कली माला तीज आनंद एक ओंकार सतगुरु प्रसाद आनंद पिया मेरी माए सतगुरु मैं पाया रतन परिवार परियां शबद गावणियां शब्दो ता गावो हरि केरा सतगुरु मैं पाया मन मेरे सदा
ਸੁਪਰੇ ਸੁਣੀ ਸੱਚੀ ਬਾਣੀ ਗੁਰ ਰਹਾ ਪਰ ਸਲੋਕ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਾਤ ਉਤਰਾ ਦੋਲਾਈ ਦਾਇਆ ਖੇਲ ਆਈਆਂ ਵਰਿਆ ਆਈਆਂ ਵਾਚਾ ਧਰਮ ਹਦੂਰ ਨਾਮ ਤੇ ਆਇਆ ਗੇ ਮਸਕਤ ਖਾ ਵਾਹਿਗੁਰੂ ਜੀ ਕਾ ਖਾਲਸਾ ਬੋਲੇ